ਸਰਬ ਕਲਾ ਸਮਰੱਥ ਕੇ ਚਿਤ੍ਰੰ ਬਹੀਨੈ ਕੇ ਏਕੈ ਅਧੀਨੈ ਕੇ ਉਸੀ ਰਜ਼ਾਕੈ ਰਹੀਮੈ ਰਿਹਾਕੈ ਕੇ ਪਾਕ ਬੇ ਐਬ ਹੈ ਕੇ ਗੈਬੁਲ ਗੈਬ ਹੈ ਕੇ ਅਫਵਲ ਗੁਨਾਹ ਹੈ ਕੇ ਸ਼ਾਹਾਨ ਸ਼ਾਹ ਹੈ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਨਾਨਕ ਦੇ ਕਰ ਫਿਰਤ ਫਿਰਤ ਪ੍ਰਭ ਆਇਆ ਪਿਤਾ ਜੀ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਇਹਨੂੰ ਪੈਸੇ ਦੀ ਭੁੱਖ ਲੱਗੀ ਇਹਨੂੰ ਸ਼ੋਹਰਤ ਦੀ
ਭੁੱਖ ਲੱਗੀ, ਇਹ ਵੀ ਵਿਵਾਦ ਪਛਾਣਦਾ ਹੈ। ਜਿੱਦਣ ਨਾਮ ਦੀ ਭੁੱਖ ਲੱਗਦੀ, ਦੋਵਾਂ 'ਚ ਇੱਕ ਬੁਨਿਆਦੀ ਫਰਕ ਆ। ਪੈਸੇ ਦੀ ਜਦੋਂ ਭੁੱਖ ਲੱਗਦੀ ਅਤੇ ਪੈਸਾ ਮਿਲਦਾ ਹੈ ਤਾਂ ਦੁੱਖ ਵੱਧਦੇ ਨੇ। ਆਖੋ ਵਾਹਿਗੁਰੂ, ਜਿੰਨਾ ਜਿੰਨਾ ਕੋਲ ਪੈਸਾ ਆਇਆ, ਤੁਸੀਂ ਤਾਂ ਰੋਟੀ ਪਾਣੀ ਖਾਣ ਵਾਲੇ ਗੁਰੂ ਕੇ ਸਿੱਖੋ ਅਤੇ ਅਰਦਾਸ ਵੀ ਇਹ ਹੀ ਕਰਿਓ, ਅਰਦਾਸ ਵੀ ਇੰਨੀ ਕਿ ਬਸ ਦੋ ਡੰਗ ਦੀ ਰੋਟੀ, ਨਾ ਦੇਈ ਮੈਨੂੰ ਮਾਇਆ। ਮਰਦ ਬਣ ਕੇ ਕਹਿ ਦਿਓ ਗੁਰੂ ਨੂੰ, ਮੈਨੂੰ ਮਾਇਆ ਨਾ ਦੇਈ। ਇਹ ਮਾਇਆ ਬੜੀ ਕਰਤੂਤ ਕਰਦੀ, ਇਨ ਮਾਇਆ ਜਗਦੀਸ ਗੁਸਾਈ ਤੁਮਰੇ ਚਰਨ ਵਸਾਰੇ। ਜਿੰਨਾ ਜਿੰਨਾ ਕੋਲ ਆਈ ਤੇਰੇ ਚਰਨਾਂ ਤੋਂ ਟੁੱਟ ਗਏ। ਆਖੋ ਮੈਂ ਤੇਰੇ ਚਰਨਾਂ ਤੋਂ ਬਹੁਤ ਦੂਰ ਹੋ ਗਏ, ਬਹੁਤ ਦੂਰ ਹੋ ਗਏ। ਜਿਹਦੇ ਕੋਲ ਅਨੰਤ ਅਨੰਤ ਧਾਨਾ ਕਿੱਥੇ ਆਉਂਦਾ ਹੈ ਗੁਰਦੁਆਰੇ। ਇਹ ਮਾਇਆ ਜਿੱਤ ਹਰ ਵਿਸਰੇ, ਇਹ ਮਾਇਆ ਹੈ ਜਿਹੜੀ ਕੋਲ ਆਵੇ ਤੇਰਾ ਰਾਸ ਭੁੱਲ ਜਾਂਦੀ। ਭੁੱਲਦੀ 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 ਗੁਰੂ ਕੇ ਸਿੱਖੋ, ਚੇਤੇ ਕਰੋ। ਜਿਨ੍ਹਾਂ ਜਿਨ੍ਹਾਂ ਕੋਲ ਬਹੁਤ ਦੌਲਤ ਆਈ ਉਹਨਾਂ ਨੂੰ ਮੇਰੇ ਸਤਿਗੁਰੂ ਦੇ ਇਹ ਅੰਮ੍ਰਿਤ ਵਚਨ ਭੁੱਲ ਗਏ। ਹਰ ਕੇ ਜਨ ਸਤਿਗੁਰ ਸਤਿ ਪੁਰਖਾ ਬਿਨੋ ਕਰਮ ਗੁਰਪਾਸ। ਕਿੱਥੇ ਕਹਿੰਦਾ ਆਪਣੇ ਆਪ ਨੂੰ ਕੀਰਾ, ਫਿਰ ਤਾਂ ਕਹਿੰਦਾ ਮੈਂ ਸ਼ਾਮ ਹਾਂ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਫਿਰ ਤਾਂ ਵੈਸੇ ਨਹੀਂ ਮੰਗਦਾ, ਕਰ ਦਇਆ ਨਾਮ ਪ੍ਰਕਾਸ਼, ਮੇਰੇ 'ਤੇ ਦਇਆ ਕਰ, ਨਾਮ ਦੇ ਜਿਹਦੇ ਨਾਲ ਸੁਰਤ ਵਿੱਚ ਪ੍ਰਕਾਸ਼ ਹੋ ਜਾਏ। ਵਾਹਿਗੁਰੂ 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 ਮੰਗੋ ਪ੍ਰਕਾਸ਼ ਮੰਗੋ। Vai, Gru! Vai, Gru! Vai, Gru! Vai, Gru! Vai, Gru!
ਵਚਨ ਬੜਾ ਪਿਆਰਾ, ਜਿਹੜੇ ਜਿਹੜੇ ਤੁਹਾਡੇ ਚੋਂ ਬਾਣੀ ਦੇ ਪ੍ਰੇਮੀ ਚੱਲ ਰਹੇ ਪੜ੍ਹੇ ਚੱਲ ਰਹੇ ਨਹੀਂ, ਪਹਿਲੋਂ ਇੰਨਾ ਹੀ ਸ਼ਬਦ ਰੂਹ ਨੂੰ ਕਹਿ ਰਿਹਾ ਚੱਲ ਰਹੇ ਅਤੇ ਸੁਰ ਧਰਮੋਂ ਕਹਿੰਦੀ ਕਿੱਥੇ ਜਾਣਾ ਹੈ, ਅੱਖ ਵਾਹਿਗੁਰੂ ਅਮਰੀਕਾ 'ਤੇ ਆ ਗਈ ਹੈ, ਇਹ ਤੋਂ ਅੱਗੇ ਤਾਂ ਮੁਲਕ ਹੀ ਕੋਈ ਨਹੀਂ। ਕਹਿੰਦੇ ਇਹਨੂੰ ਨਰਕ ਕਹਿੰਦੇ ਆ, ਜਿੱਥੇ ਮੈਂ ਲੈ ਕੇ ਜਾਂਦਾ ਉਹਨੂੰ ਸੱਚਖੰਡ ਕਹਿੰਦੇ ਆ, ਅੱਖ ਵਾਹਿਗੁਰੂ। ਉਹਦਾ ਗੁਰਬਾਣੀ 'ਚ ਅਕਸ਼ਰ ਵਰਤਿਆ ਬੈਕੁੰਠ, ਬੋਲੋ ਮੇਰਾ ਬਾਬਾ ਕਹਿੰਦਾ ਚੱਲ ਤੈਨੂੰ ਬੈਕੁੰਠ ਲੈ ਕੇ ਚੱਲਾਂ। ਕਹਿੰਦੀ ਥੱਕ ਜੂਗੀ, ਕੀ ਕਹਿੰਦੀ ਮੈਨੂੰ ਕੀ ਬਤਾਇਆ, ਇਹ ਘਾਟੀ ਔਖੀ ਆ ਡਿੱਗ ਜਾਓ, ਨੌ ਦਰਵਾਜ਼ਿਆਂ 'ਚੋਂ ਦੀ ਲੰਘਣਾ ਕੋਈ ਸੌਖਾ ਨਹੀਂ, ਅਤੇ ਨਵਾਂ ਨੂੰ ਫਤਿਹ ਕਰਨਾ ਪਤਾ ਲੱਗ ਰਿਹਾ, ਨਵਾਂ ਨੂੰ ਅੱਖਾਂ ਜਿੱਤਣੀਆਂ, ਰਸਨਾ ਜਿੱਤਣੀ, ਨਾਸਾਂ ਜਿੱਤਣੀਆਂ, ਜੀਵਾ ਜਿੱਤਣੀ, ਮਲਮੂਤਰ ਵਾਲੇ ਇੰਦਰੇ ਜਿੱਤਣੇ। ਇਹਨੂੰ ਭਗਤ ਰਵਿਦਾਸ ਕਹਿੰਦਾ ਘੱਟ ਅਵ ਘੱਟ ਡੂੰਗਰ ਕਣਾ ਇੱਕ ਨਿਰਗੁਣ ਬੈਲ ਹੋਵਾਂ। ਜਿਹੜੇ ਜਿਹੜੇ ਤੁਹਾਡੇ 'ਚੋਂ ਬਾਣੀ ਦੇ ਪ੍ਰੇਮੀ ਉਹਨਾਂ ਨੂੰ ਨਸ਼ਾ ਆਉਣਾ ਹੈ। ਸਾਡੀ ਸੁਰਤ ਇੱਥੇ ਟਿੱਕ ਕੇ ਲੱਖ ਖੁਸ਼ੀਆਂ ਪਾਤਸ਼ਾਹੀਆਂ, ਕਿਉਂਕਿ ਖੁਸ਼ੀਆਂ ਵਿੱਚ ਖੁਸ਼ੀਆਂ ਦਿਸਦੀਆਂ, ਖੁਸ਼ੀਆਂ ਵਿੱਚ ਜਿਹੜੀਆਂ ਖੁਸ਼ੀਆਂ ਨੂੰ ਅਸੀਂ ਖੁਸ਼ੀਆਂ ਮੰਨ ਕੇ ਆਉਂਦੇ ਹਾਂ ਨਾ, ਵੀ ਆਹ ਖੁਸ਼ੀਆਂ ਨੇ ਪੈਸਾ ਧੇਲਾ ਹੋਣਾ, ਵੱਡੀਆਂ ਗੱਡੀਆਂ ਹੋਣੀਆਂ, ਧੀਆਂ ਪੁੱਤਰ ਵੱਡੇ ਵੱਡੇ ਕੰਮਾਂ ਕਾਰਾਂ 'ਤੇ ਲੱਗੇ ਹੋਣੇ, ਇਹ ਕੀ ਨੇ ਖੁਸ਼ੀ? ਨਹੀਂ ਨਹੀਂ, ਇਹ ਖੁਸ਼ੀ ਨਹੀਂ। ਅੱਖ ਵਾਹਿਗੁਰੂ ਦੁੱਖ ਦਾਰੂ ਨਾ ਝੋਲੀ ਅੱਡ ਕੇ ਸੁੱਖ ਮੰਗਿਆ ਕਰ, ਗੁਰੂ ਕਿਆ ਸਿੱਖਾ ਮੇਰੀ ਹੱਥ ਜੋੜ ਕੇ ਬੇਨਤੀ, ਜਿਉਂ ਰੱਖੇ ਤਿਉਂ ਰਹੀ ਹੈ, ਬੋਲੋ ਹਾਂ ਨਹੀਂ ਝੂਮ ਝੂਮ ਕੇ, ਜਿਉਂ ਰੱਖੇ ਤਿਉਂ ਤੁਧ ਭਾਵੇ ਤਾਂ ਨਾਮ ਜਪਾਵੇ, ਤੁਧ ਤੁਧ ਭਾਵੇ ਤਾਂ ਨਾਮ ਜਪਾਵੇ, ਤੁਧ ਸੁਖ ਤੇਰਾ ਦਿੱਤਾ ਲਈ ਹੈ, ਸੁਖ ਤੇਰਾ ਦਿੱਤਾ ਲਈ ਹੈ, ਸੁਖ ਉਹ ਸੁਖ ਜਿਹੜਾ ਯਾਰ ਦਾ ਦਿੱਤਾ ਸੁੱਖ ਉਹ ਸੂਲਾਂ 'ਤੇ ਵੀ ਆ ਜਾਂਦਾ ਹੈ, ਉਹ ਮਾਛੀ ਵਾੜੇ ਦੇ ਜੰਗਲ 'ਚ ਵੀ ਆ ਜਾਂਦਾ ਜਿਹੜਾ ਯਾਰ ਦਾ ਦਿੱਤਾ ਸੁੱਖ। ਖੈਰ ਨੌ ਦਰਵਾਜ਼ਿਆਂ 'ਚੋਂ ਦੀ ਭਗਤ ਰਵਿਦਾਸ ਕਹਿੰਦਾ ਵੀ ਮੈਂ ਇਹਨੂੰ ਚੁੱਕ ਕੇ ਖੜਨਾ ਸੌਦੇ ਨੂੰ, ਅਤੇ ਜਿਹੜਾ ਖਿੱਚਣ ਵਾਲਾ ਬਲਦੇ ਆ ਨਾ ਮੇਰੀ ਗੱਡੀ ਨੂੰ, ਉਹ ਨਿਰਗੁਣ ਆ ਰਿਹਾ ਹੈ, ਇੱਕ ਨਿਰਗੁਣ ਸਾਰੇ ਪੜਿਆ ਕਰੋ, ਇੱਕ ਨਿਰਗੁਣ ਇਹ ਮਨ ਰੂਪੀ ਬਲਦ ਜਿਹੜਾ ਹੈ ਇਹ ਬੜਾ ਨਿਰਗੁਣ ਆ ਰਿਹਾ ਹੈ, ਅਤੇ ਮੇਰੇ ਕੋਲੋਂ ਤਾਂ ਨਹੀਂ ਚੜਿਆ ਜਾਣਾ, ਮੈਂ ਬੇਨਤੀ ਕਰਦੀ ਹਾਂ ਰਮਈਏ ਸਿਉਂ ਇੱਕ ਬੇਨਤੀ, ਜਿਹਨਾਂ ਜਿਹਨਾਂ ਨੂੰ ਆਉਂਦੀ ਵੇਖੀ ਜੇ ਉਹ ਚੁੱਪ ਰਹੇ ਨਾ ਤਾਂ ਗੁਰੂ ਦੀ ਖੁਸ਼ੀ ਨਹੀਂ, ਜਿਹਨੂੰ ਨਹੀਂ ਆਉਂਦੀ ਉਹ ਵੱਖਰੀ ਗੱਲ। ਰਮਈਏ ਸਿਉਂ
ਆ ਜਿਹੜਾ ਮੈਂ ਲੱਦਿਆ ਗੱਡਿਆ ਹੈ ਨਾ, ਗੱਡਾ ਹੈ ਨਾ ਲੱਦਿਆ। ਕਈ ਵਾਰ ਤੁਸੀਂ ਵੇਖਿਓ ਜਿਹੜੇ ਪਿੰਡਾਂ ਦੇ ਰਹਿਣ ਵਾਲੇ ਹੋ, ਕਈ ਬਲਦ ਇੰਨੇ ਅਥਰੇ ਹੁੰਦੇ ਨੇ, ਰੂੜੀ ਲੱਦ ਕੇ ਖੇਤਾਂ ਨੂੰ ਭੇਜੀਏ ਅਤੇ ਉਹ ਭੱਜ ਭੱਜ ਕੇ ਰੂੜੀ ਰਾਹ 'ਚ ਹੀ ਖਿਲਾਰ ਜਾਂਦੇ ਆ। ਪਤਾ ਲੱਗਾ ਜ਼ਿਮੀਂਦਾਰੋ ਰੂੜੀ ਸਾਰੀ ਵੇਖੇ ਆ, ਵੇਖੇ ਤਰ੍ਹਾਂ ਕਰਦੇ ਕਿ ਨਹੀਂ, ਫੋਟੋ ਉਹਨਾਂ 'ਚ ਨਹੀਂ ਪਤਾ ਲੱਗਣਾ। ਆਖੋ ਵਾਹਿਗੁਰੂ। ਬਲਦ ਅਥਰੇ ਹੁੰਦੇ ਆ, ਲੱਦਿਆ ਇਸ ਕਰਕੇ ਆ ਵੀ ਇਹ ਰੂੜੀ ਪੈਲੀ 'ਚ ਚੱਲ ਜਾਏ, ਉਹ ਮੱਛਰ ਜਾਂਦਾ ਏ ਅਤੇ ਸਾਰਾ ਜੋ ਉੱਤੇ ਲੱਦਿਆ ਉਹ ਪੈਲੀ ਦੇ ਜਾਂਦਾ ਜਾਂਦਾ ਇੰਨੀ ਕੁ ਕਿਤੇ ਪਹੁੰਚ ਜਾਏ ਅਤੇ ਪਹੁੰਚ ਜਾਏ ਦੂਸਰਾ ਖਿਲਾਰ ਜਾਂਦਾ। ਇਹ ਅਥਰਾ ਮਨ ਸਾਡਾ, ਆਖੋ ਵਾਹਿਗੁਰੂ ਲੈ ਕੇ ਤਾਂ ਗੱਡੀ ਪੂਰੀ ਭਰੀ ਚੱਲਿਆ ਹੈ, ਮਗਰ ਰਵਿਦਾਸ ਇਹਦੀ ਪਛਾਣ ਕਰਕੇ ਕਹਿੰਦਾ ਹੈ ਇੱਕ ਨਿਰਗੁਣ ਬੈਲ ਹਮਾਰ ਕਰ ਹਾਂ ਬੇਨਤੀ ਰਮਈਏ ਸਿਉਂ ਇੱਕ ਬੇਨਤੀ ਮੇਰੀ ਪੂੰਜੀ ਰਾਹ ਮਰਾ। ਇਹ ਵਾਹਿਗੁਰੂ ਮੇਰਾ ਸੌਦਾ ਜੋ ਲੱਦਿਆ ਹੈ ਮੈਂ, ਇਸ ਬਲਦ ਨੂੰ ਥੋੜ੍ਹਾ ਤਗੜਾ ਕਰ, ਉੱਥੋਂ ਤੱਕ ਚੱਲ ਜਾਏ ਜਿੱਥੇ ਅੱਜ ਮੇਰਾ ਸਾਹਿਬ ਕਰਿਆ ਚੱਲ ਰੇ ਬਿਕੁੰਠ ਤੁਝੇ ਲੈ ਤਰ। ਕਹਿੰਦੇ ਥੱਕ ਜਾਊਂਗੇ, ਆ ਬੜੇ ਸੋਹਣੇ ਬਚਨਾ, ਮਗਰ ਇਹ ਕਥਾ ਸੁਣ ਕੇ ਸਾਡਾ ਮਨ ਨੂੰ ਸੁਸਤੀ ਪੈਂਦੀ, ਅਸੀਂ ਕਥਾ ਦੀਆਂ ਕੁਆਲਿਟੀਆਂ ਬਣਾ ਲਈਆਂ। ਆਖੋ ਵਾਹਿਗੁਰੂ। ਫਲਾਣਾ ਕਥਾ ਚੰਗੀ ਕਰਦਾ ਹੈ, ਫਲਾਣਾ ਕਥਾ ਮਾੜੀ ਕਰਦਾ ਹੈ, ਜਿਹੜੀ ਮੈਨੂੰ ਚੰਗੀ ਲੱਗ ਗਈ ਉੱਤੇ ਮੈਂ ਠੱਪਾ ਲਾਤਾ ਹੈ ਚੰਗੀ ਹੈ, ਜਿਹੜੀ ਮੇਰੀ ਸਮਝ 'ਚ ਨਾ ਲੱਗੀ। ਮਸਕੀਨ ਸਾਹਿਬ ਦੀ ਬਹੁਤ ਕਥਾ ਸੁਣਨ ਵਾਲੇ ਲੋਕ ਕਹਿੰਦੇ ਸਾਨੂੰ ਸਮਝ ਨਹੀਂ ਲੱਗਦੀ, ਸਾਨੂੰ ਸਮਝ ਲੱਗੂਗੀ ਨਾਰੀਅਲ ਦੀ ਜੋਤਾਂ ਦੀ। ਆਖੋ ਵਾਹਿਗੁਰੂ। ਆਹ ਕੁਝ ਇੰਨੀ ਵਾਰ ਕਰ ਲਓ, ਆਹ ਕੁਝ ਇੰਨੀ ਵਾਰ ਕਰ ਲਓ, ਯੂਟਿਊਬਾਂ ਭਰੀਆਂ ਨੇ, ਨਿਗਾਹ ਮਾਰ ਕੇ ਵੇਖੋ, ਇਹ ਪਾਠ ਨੂੰ ਇਸ ਵਿਧੀ ਨਾਲ ਕਰੋ ਤੁਹਾਨੂੰ ਸੁੱਖ ਮਿਲਣਗੇ। ਜਿਉਂ ਜਿਉਂ ਸਾਡਾ ਕੁੰਡਾ ਢਿੱਲਾ ਹੁੰਦਾ ਗਿਆ ਤਿਉਂ ਤਿਉਂ ਇਹ ਸ਼ੋਰ ਪੈਣਾ ਸ਼ੁਰੂ ਹੋ ਗਿਆ, ਗੁਰਬਾਣੀ ਵੀ ਵੰਡੀ ਗਈ। ਆਹ ਦੁੱਖ ਵਿੱਚ ਪੜ੍ਹਨ ਵਾਲੀ ਆ, ਆਹ ਸੁੱਖ ਵਿੱਚ ਪੜ੍ਹਨ ਵਾਲੀ ਆ, ਗੁਰਬਾਣੀ ਰੱਬ ਹੈ। ਆਖੋ ਵਾਹਿਗੁਰੂ। ਦੁੱਖ ਸੁੱਖ ਸਿਮਰੀ ਬਾਣੀ ਨੂੰ, ਦੁੱਖ ਸਿਮਰੀ ਸਿਮਰੀ, ਜੇ ਸਿਮਰੇਂਗਾ ਚੇਤੇ ਕਰੇਂਗਾ ਇਸ ਬਾਣੀ ਨੂੰ ਤੈਂ ਮੌਜੂਦ, ਤੂੰ ਦੁੱਖ 'ਚ ਆਵਾਜ਼ ਮਾਰ ਉੱਥੇ ਹਾਜ਼ਰ ਹੋਊਗੀ ਬਾਣੀ। ਆਖੋ ਵਾਹਿਗੁਰੂ। ਸੁੱਖ ਵਿੱਚ ਯਾਦ ਕਰ ਉੱਥੇ ਵੀ ਤੇਰੀ ਮਦਦ ਕਰੂਗੀ, ਤੈਨੂੰ ਦੱਸੂ ਕਿ ਸੁੱਖ ਹੁੰਦੇ ਕੀ ਨੇ, ਇਹਨੂੰ ਸਾਡਾ ਕਹਿੰਦੇ ਜੀ। ਆਖੋ ਵਾਹਿਗੁਰੂ। ਕੀ ਦੱਸੂਗੀ? ਜਿਨ੍ਹਾਂ ਨੂੰ ਹੋ ਸਕਦਾ ਹੈ ਤੇਰੀ ਬੁੱਧੀ ਜਿਹਨੂੰ ਸੁੱਖ ਮੰਨ ਕੇ ਬੈਠੀ ਉਹ ਸੁੱਖ ਨਾ ਹੋਵੇ। ਆਖੋ ਵਾਹਿਗੁਰੂ। ਖੈਰ ਮੈਂ ਉੱਥੇ ਚੱਲਾਂ ਸ਼ਬਦ ਦੀ ਕਥਾ ਕਰ ਰਹੀ ਹਾਂ। ਚੱਲ ਰਹੇ ਬਿਕੁੰਠ ਤੁਝੇ ਲੈ ਤਾਰ, ਪਤਾ ਲੱਗ ਰਿਹਾ ਨਾ ਤੁਹਾਨੂੰ ਅਤੇ ਗੁਰਮੁਖਾਂ ਨੂੰ ਪਤਾ ਲੱਗਦਾ ਜਿਹੜੇ ਬਾਣੀ ਪੜ੍ਹਨ ਵਾਲੇ। ਚੱਲ ਸੁਰਤ ਨੂੰ ਕਹਿੰਦੇ ਤੈਨੂੰ ਮੈਂ ਸੱਚਖੰਡ 'ਚ ਲੈ ਜਾ। ਕਿੱਥੇ ਲੈ ਜਾ? ਸ਼ਬਦ ਵਿੱਚ ਲੈ ਜਾ, ਸ਼ਬਦ ਵਿੱਚ ਲੈ ਜਾ। ਕਹਿੰਦੀ ਥੱਕ ਜਾਊਂਗੀ ਮੈਂ ਤੇ ਇਹਨਾਂ ਤਾਂ ਕਦੀ ਤੁਰੀ ਨਹੀਂ। ਆਖੋ ਵਾਹਿਗੁਰੂ। ਕਹਿੰਦੇ ਕਿਹਾ ਹਿਜੇ ਥੱਕੇਗੀ, ਪ੍ਰੇਮ ਕੇ ਜਾਵਕ ਮਾਰ, ਪ੍ਰੇਮ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਰੱਬ ਦੀਆਂ ਸੁਣਾਊਂਗਾ, ਦਸਵੰ ਦੁਆਰਾ ਅਗਮ ਅਪਾਰਾ, ਆ ਨਹੀਂ ਤੈਨੂੰ ਉੱਥੇ ਲੈ ਕੇ ਜਾਵਾਂ, ਬੜਾ ਅਗਮ ਅਪਾਰ ਦਰਬਾਰ ਆ ਉਹ ਜਿੱਥੇ ਮੈਂ ਤੈਨੂੰ ਲੈ ਕੇ ਚੱਲਾਂ, ਉਹ ਪਰਮ ਪੁਰਖ ਕੀ ਘਾਟੀ ਉੱਤੇ ਲੈ ਕੇ ਜਾਵਾਂ, ਉੱਪਰ ਹਾਟ ਹਾਟ ਪਰ ਆਲਾ ਆਲੇ ਭਿੱਤਰ
ਥਾਤੀ ਚੱਲ ਮੈਂ ਉੱਥੇ ਲੈ ਕੇ ਜਾਵਾਂ। ਨੌ ਦਰਬਾਰ 'ਚ ਨਵੇਂ ਦਰ ਫਿੱਕੇ ਜਿਹੜੇ ਤੂੰ ਅੱਜ ਤੱਕ ਵੇਖੇ, ਅੱਖਾਂ ਵੇਖੀਆਂ ਅੱਖ ਵਾਹਿਗੁਰੂ, ਨਾਸਾਂ ਵੇਖੀਆਂ ਜੀਭਾਂ ਵੇਖੀ, ਜੋ ਵੇਖਿਆ ਇਹ ਫਿੱਕਾ ਹੈ। ਰਸ ਦਸਵੇਂ ਅੰਮ੍ਰਿਤ ਚੁਆਏ ਦਾ ਚੱਲ ਮੈਂ ਉੱਥੇ ਲੈ ਕੇ ਜਾਵਾਂ ਜਿੱਥੇ ਅੰਮ੍ਰਿਤ ਚੁੰਦਾ ਹੈ ਵਾਹਿਗੁਰੂ 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 ਚੱਲ 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 ਵਾਹਿਗੁਰੂ 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 ਵਾਹਿਗੁਰੂ। ਇੱਕ ਬੜਾ ਸੋਹਣਾ ਇਸ਼ਾਰਾ ਹੈ ਜਿਹੜੇ ਜਿਹੜੇ ਬਾਣੀ ਤੁਹਾਡੇ 'ਚ ਜਾਣਦੇ ਆ ਗੁਰੂ ਕੇ ਸਿੱਖ, ਧਿਆਨ ਦਿਓ। ਕਹਿੰਦੀ ਪੈਂਡਾ ਤੈਅ ਨਹੀਂ ਹੋ ਰਿਹਾ, ਤੁਰੀ ਤਾਂ ਬੜੇ ਚਿਰ ਦੀ ਪੈਂਡਾ, ਅਤੇ ਉਹਨੇ ਕਿਹਾ ਆਪਣੇ ਵਿਚਾਰ ਅਜੇ ਤੇ ਵਿਚਾਰਾਂ ਨੇ ਤੇਰੇ 'ਤੇ ਸਵਾਰੀ ਕੀਤੀ ਆ, ਵਿਚਾਰਾਂ ਨੇ ਤੇਰਾ ਵਿਚਾਰ ਕਹਿੰਦਾ ਚੱਲ ਉਹਨੂੰ ਚੱਲੀਏ, ਤੂੰ ਉਹਨੂੰ ਜਾਣਾ ਹੈ ਅੱਖੋ ਵਾਹਿਗੁਰੂ ਪਕੜ ਰਹੇ ਹੋ ਨਾ ਜੀ ਗੁਰੂ ਕੇ ਸਿੱਖੋ, ਉਹ ਮੇਰੇ ਵੀਰ ਪਕੜ ਰਹੇ ਹੋ ਨਹੀਂ ਹੈ। ਵਿਚਾਰ ਕਹਿੰਦਾ ਹੈ ਐਨੂੰ ਚੱਲੀਏ ਅਤੇ ਤੂੰ ਉਹਨੂੰ ਤੁਰ ਪੈਂਦਾ ਹੈ, ਫਿਰ ਤੇਰੀ ਅਸਵਾਰੀ ਹੈ ਕਿ ਵਿਚਾਰ ਦੀ। ਵਿਚਾਰ ਕਹਿੰਦਾ ਹੈ ਚੱਲ ਸਟੋਰ ਨੂੰ ਚੱਲਦੇ ਹਾਂ, ਤੂੰ ਉਸੇ ਵੇਲੇ ਤਿਆਰ ਹੁੰਦਾ ਹੈ। ਇਹ ਤਾਂ ਇਸ ਤਰ੍ਹਾਂ ਜਿਸ ਤਰ੍ਹਾਂ ਕੋਈ ਘੋੜੀ 'ਤੇ ਚੜਿਆ ਹੋਵੇ ਅੱਖ ਵਾਹਿਗੁਰੂ ਅਤੇ ਅੱਡੀ ਮਾਰ ਕੇ ਆਖੇ ਐਨੂੰ ਚੱਲ, ਸਾਡੇ 'ਤੇ ਵਿਚਾਰਾਂ ਨੇ ਅਸਵਾਰੀ ਕੀਤੀ, ਵਿਚਾਰ ਸਾਡੇ 'ਤੇ ਅਸਵਾਰ ਹੋਏ ਨੇ, ਸਮਝ ਲੱਗ ਰਹੀ ਜੀ? ਫਿਰ ਤਾਂ ਇੱਧਰ ਤੁਰਾਂ ਨੇ ਤਾਂ ਸੌਖੀ ਕੋਈ ਗੱਲ ਲੈ ਲਈ, ਸਾਡੇ 'ਤੇ ਵਿਚਾਰਾਂ ਨੇ ਅਸਵਾਰੀ ਕੀਤੀ। ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਹਿੰਦੇ ਨਹੀਂ, ਮਨ ਅਸਵਾਰ ਜੈਸੇ ਤੁਰੀ ਸਿਗਾਰੀ, ਮਨ 'ਤੇ ਸਵਾਰੀ ਕਰ ਜਿਸ ਤਰ੍ਹਾਂ ਘੋੜੀ 'ਤੇ ਚੜ ਕੇ ਅੱਖੀ ਦਾ ਮਰਜ਼ੀ ਮੇਰੀ ਹੋਊਗੀ, ਲਗਾਮਾਂ ਮੈਂ ਖਿੱਚੂੰਗਾ ਖੱਬੇ ਜਾਣਾ ਕਿ ਸੱਜੇ ਜਾਣਾ ਹੈ, ਇਹਦੇ ਚੜ ਜਾਣਾ ਆਪਣੀ ਵਿਚਾਰ 'ਤੇ ਅੱਖ ਵਾਹਿਗੁਰੂ, ਵਿਚਾਰ ਨੂੰ ਘੋੜੀ ਬਣਾ ਕੇ ਉਹਦੇ ਉੱਤੇ
ਅਸਵਾਰ ਹੋ ਤੇ ਤੂੰ ਕਹਿ ਗੁਰਦੁਆਰੇ ਚੱਲੀਏ, ਤੂੰ ਕਹਿ ਕੀਰਤਨ 'ਚ ਚੱਲੀਏ, ਇਹ ਤੈਨੂੰ ਉੱਥੇ ਕਵੇ ਰਾਤ ਹੋ ਗਈ ਚੱਲੀਏ, ਤੂੰ ਕਹਿ ਨਹੀਂ। ਇੱਕ ਮੈਂ ਆਪ ਜੀ ਨੂੰ ਬੇਨਤੀ ਕਰਦਾ, ਆਖੋ ਵਾਹਿਗੁਰੂ, ਮਨ ਤੁਹਾਡਾ ਗੁਲਾਮ ਆ, ਕਦੀ ਜੱਜ ਕੀਤਾ? ਅਸੀਂ ਮਨ ਦੇ ਗੁਲਾਮ ਬਣੇ ਬੈਠੇ ਹਾਂ। ਮਨ ਮੇਰੇ ਕਰਕੇ ਆ, ਮੈਂ ਮਨ ਕਰਕੇ ਨਹੀਂ। ਨੋਟ ਕਰੋ, ਜਿੱਥੇ ਆ ਕੇ ਵੈਸੇ ਸਿਰ ਲਾਉਂਦੇ ਹੋ, ਮੈਂ ਹਾਂ ਤੇ ਮਨ ਹੈ, ਮਨ ਨਹੀਂ ਤੇ ਮੈਂ ਨਹੀਂ, ਇਸ ਤਰ੍ਹਾਂ ਨਹੀਂ ਹੈਗਾ। ਮਨ ਮੇਰੇ ਕਰਕੇ ਆ, ਮੈਂ ਹਾਂ ਤੇ ਮਨ ਬਣਿਆ। ਆਖੋ ਵਾਹਿਗੁਰੂ, ਮੈਂ ਆ ਤੇ ਵਿਚਾਰ ਉੱਠੇ, ਵਿਚਾਰਾਂ ਨੂੰ ਮਨ ਕਹਿੰਦੇ। ਜਿੱਦਣ ਸੱਚੀ ਮੁੱਚੀ ਤੁਸੀਂ ਵਿਚਾਰਾਂ ਨੂੰ ਸੰਕੋਚ ਲਓਗੇ, ਮਨ ਦਾ ਭੋਗ ਪੈ ਜਾਓ। ਮਗਰ ਇਹਨੂੰ ਇੰਨਾ ਬਲਵਾਨ ਬਣਾ ਲਿਆ ਤੁਸੀਂ, ਇਹਦੇ ਨੌਕਰ ਬਣੇ ਹੋ। ਜਿਹਨੇ ਜਿਹਨੇ ਆਪਣੇ ਮਨ ਨੂੰ ਨੌਕਰ ਬਣਾਇਆ, ਫਿਰ ਉਹਨੇ ਕਦੀ ਨਹੀਂ ਆਖਿਆ ਚਲੋ ਸ਼ਰਾਬ ਦੇ ਠੇਕੇ ਵੱਲ ਚਲੀਏ, ਕਿਉਂਕਿ ਨੌਕਰ ਆ ਨਾ। ਅੱਖ ਵਾਹਿਗੁਰੂ, ਆਪਣੇ ਵਿਚਾਰ ਅਸਵਾਰੀ ਕੀਜੇ। ਜੇ ਉੱਥੋਂ ਤੱਕ ਜਾਣਾ ਹੀ ਦਸਮ ਦੁਆਰ ਤੱਕ, ਤੇ ਆਪਣੇ ਵਿਚਾਰਾਂ 'ਤੇ ਅਸਵਾਰੀ ਕਰਦੇ। ਇਹਨਾਂ ਨੂੰ ਕਹਿ ਚੱਲ ਚੱਲੀਏ ਉੱਥੇ, ਚੱਲ ਰੇ ਬਕੁੰਠ ਤੁਝੇ ਲੈ ਹਿਤੇ ਤਾਂ ਪ੍ਰੇਮ ਕੇ ਚਾਲ ਕਮਾਰੋ, ਚੱਲ ਮੈਂ ਤੈਨੂੰ ਲੈ ਕੇ ਜਾਵਾਂ। ਆਪਣੇ ਵਿਚਾਰ ਅਸਵਾਰੀ ਕੀਜੈ। ਮਹਾਰਾਜ ਹੁੰਦੀ ਨਹੀਂ ਸਹਿਜ ਕੇ ਪਾਵੜੇ ਪੱਗ ਧਾਰ ਲੀਜੈ। ਸਹਿਜ ਸਹਿਜ ਵਿੱਚ ਆਣ ਕੇ ਜਪ ਹਾਂ ਅਤੇ ਸੱਚੀ ਮੁੱਚੀ ਵਿਚਾਰਾਂ 'ਤੇ ਸਵਾਰੀ ਹੋ ਜਾਓ। ਤੂੰ ਜਪਦਾ ਵੀ ਉਤੇਜਿਤ ਹੋ ਗਿਆ। ਜਦੋਂ ਤੂੰ ਜਪਦਾ ਹੈ, ਮੈਂ ਤੁਹਾਨੂੰ ਨਹੀਂ ਕਹਿੰਦਾ, ਬਹੁਤ ਸਾਰੇ ਲੋਕ ਨੇ ਜਿਹੜੇ ਜਪਣ ਦਾ ਆਪੋ ਆਪਣਾ ਤਰੀਕਾ ਬਣਾ ਕੇ ਕਹਿੰਦੇ ਸਾਡੇ ਵੱਲ ਕੋਈ ਟੈਨਸ਼ਨ ਲਵੇ। ਇਤਨਾ ਹੀ ਮੇਰੇ ਜਪਣ ਦੀ ਆਵਾਜ਼ ਵਾਲੇ ਲੋਕਾਂ ਦੀ, ਤੂੰ ਤਾਂ ਇੱਥੇ ਭੁੱਲ ਰਿਹਾ ਹੈ ਨਾ, ਤੂੰ ਗਾਂਹ ਥੋੜ੍ਹਾ ਤੁਰ ਰਿਹਾ ਹੈ। ਜਿਹੜਾ ਬੰਦਾ ਇਹ ਕੁਝ ਕਹਿੰਦਾ ਹੈ ਵੀ ਮੇਰੇ ਨਾਮ ਜਪਣ ਵੱਲ ਨੂੰ ਕੋਈ ਵੇਖੇ, ਸਮਝ ਲਓ ਇੱਥੇ ਭੁੱਲ ਰਿਹਾ, ਅੱਗੇ ਤਾਂ ਤੋਰ ਹੀ ਨਹੀਂ ਰਿਹਾ, ਪਤਾ ਲੱਗਾ ਨਹੀਂ। ਅੱਗੇ ਉਹਦੀ ਸੁਰਤ ਤਰੂਗੀ ਜਿਹੜਾ ਇੱਥੋਂ ਤੋੜੂਗਾ। ਤੁਮ ਸਿਓ ਜੋਰ ਅਵਰ ਸੰਗ ਤੋਰੀ। ਮਗਰ ਇਹ ਉੱਥੇ ਵੀ ਭੁੱਲ ਰਿਹਾ ਹੈ, ਮੈਨੂੰ ਚਾਰ ਬੰਦੇ ਬਾਹਰ ਜਾ ਕੇ ਆਖਣ ਬੱਲੇ 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 ਰਣਜੀਤ ਸਿਆਂ, ਕਿਆ ਬਾਤ ਆ ਤੇਰੀ ਤਾਂ ਗੱਲ ਬਣ ਗਈ। ਸੱਜਣਾ ਗੱਲ ਤਾਂ ਪਹਿਲੋਂ ਹੀ ਬਣੀ ਆ, ਅਪਵੇਗੁਰੂ ਗੱਲ ਤਾਂ ਪਹਿਲੋਂ ਬਣੀ ਆ, ਤੇਰੇ ਕਹਿਣ ਕਰਕੇ ਟੁੱਟਣੀ ਨਹੀਂ ਪਤਾ ਲੱਗਦਾ ਤੇਰੇ। ਜਿੱਦਣ ਤੂੰ ਕਹਿਤਾ ਆ ਉੱਥੇ, ਇੱਕ ਦਿਨ ਜੂ ਉੱਥੇ ਜੂਮ 'ਤੇ ਕਥਾ ਕਰਦੇ ਸੀ ਸੇਵਕ ਤੁਹਾਡੇ, ਅੱਖ ਵਾਹਿਗੁਰੂ, ਅਤੇ ਕੋਈ ਬਚਨ ਇਸ ਤਰ੍ਹਾਂ ਦਾ ਆ ਗਿਆ ਤੁਹਾਡੇ 'ਚੋਂ, ਕੁਛ ਕਰੂੰਗਾ ਜਿਹਨਾਂ ਇਹਨੂੰ ਸਮਝਣਾ ਵੀ ਤੁਸੀਂ ਪੋਚਾ ਮਾਰਦੇ ਹੋ, ਪੋਚਾ ਧਰਤੀ 'ਤੇ ਸੁਰਤ ਜਾ ਗਿਆ, ਇਸ ਤਰ੍ਹਾਂ ਤੁਸੀਂ ਮਾਰੀ ਜਾਂਦੇ ਹੋ, ਅਤੇ ਤੁਸੀਂ ਕਹਿੰਦੇ ਵੀ ਜਿਹੜੇ ਮੇਰੇ ਪੈਰ ਲੱਗੇ ਇਹਨਾਂ ਨੂੰ ਮਿਟਾਉਣਾ ਹੈ, ਜਿਹੜੇ ਮੇਰੇ ਪੈਰ ਲੱਗੇ ਨੇ ਪੋਚਾ ਮਾਰਦੇ ਇਹਨਾਂ ਨੂੰ ਮੈਂ। ਮਗਰ ਜਿੰਨੇ ਮਟਾਉਂਦੇ ਹੋ ਆਖਿਰ ਸਿਰ 'ਤੇ ਤੁਸੀਂ ਬਹਿ ਨਹੀਂ ਜਾਣਾ, ਰਹਿਣਾ ਤਾਂ ਪੈਰਾਂ 'ਤੇ ਹੀ ਹੈ। ਪਕੜ ਰਹੇ ਹੋ ਕਿ ਸਵਾਦ ਆ ਰਿਹਾ, ਪਕੜੋ ਸੁਰਤ ਵਿੱਚ, ਉੱਥੇ ਪੈਰ ਨਵੇਂ ਲੱਗੀ ਜਾਣੇ। ਫਿਰ ਬਾਬੇ ਨੂੰ ਪੁੱਛਿਆ, ਆਖੋ ਵਾਹਿਗੁਰੂ, ਬਾਬਾ ਕੋਈ ਤਰੀਕਾ ਹੈ ਪੈਰ ਨਾ ਲੱਗਣ? ਕਹਿੰਦੇ ਹਾਂ
ਹੈਗਾ ਇੱਕ ਤਰੀਕਾ, ਜਪ ਚੁੱਕੇ ਪੰਜ ਧਾਤ ਕੀ ਰਚਨਾ, ਜਪ ਚੁੱਕੇ ਆਹ ਨਾ ਜਿਹੜਾ ਤੇਰਾ, ਜਦੋਂ ਤੈਨੂੰ ਇਹ ਭੁੱਲਿਆ ਨਾ ਵੀ ਮੈਂ ਸਰੀਰ ਹਾਂ, ਉਦਣ ਤੇਰੇ ਸਾਈਨ ਨਹੀਂ ਲੱਗਣਗੇ। ਜਿੰਨਾ ਚਿਰ ਤੂੰ ਸਰੀਰ ਕਰਕੇ ਚੌਂਕੜਾ ਮਾਰ ਕੇ ਜਪ ਰਿਹਾ ਹੈ, ਉਹਨਾਂ ਚਿਰ ਤੇਰੇ ਕਦਮ ਲੱਗਣੇ ਨੇ, ਜਿੰਨੇ ਮਿਟਾਏਗਾ ਉਹਨੇ ਹੋਰ ਲੱਗਦੇ ਜਾਣੇ ਆ। ਕਿਤਨਾ ਮਿਟਣਗੇ ਜੀ? ਜਪ ਚੁੱਕੇ ਪੰਚ ਧਾਤ ਕੀ ਰਚਨਾ, ਐਸੇ ਭਰਮ ਚੁਕਾਵੇਂਗੇ, ਸੁਨੇ ਸੁਨ ਮਿਲਿਆ ਸਮਦਰਸੀ ਪਵਨ ਰੂਪ ਹੋਏ। ਹੁਣ ਸਰੀਰ ਨਹੀਂ ਪਵਨ ਜਪ ਰਹੀ, ਵਾਹਿਗੁਰੂ 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 ਵਾਹਿਗੁਰੂ। ਹਵਾ ਹਵਾਈ ਜੱਪੇ, ਸਵਾਸ ਹੀ ਜੱਪਣ, ਸਰੀਰ ਦਾ ਰੋਲ ਹੀ ਨਹੀਂ। ਨਾਮ ਵਿੱਚ ਸਰੀਰ ਦਾ ਕੋਈ ਰੋਲ ਨਹੀਂ। ਜਿੰਨਾ ਚਿਰ ਸਰੀਰ ਜੱਪਣ, ਉਨਾ ਚਿਰ ਕਦਮ ਲੱਗਣਗੇ, ਤੇਰੀਆਂ ਗੱਲਾਂ ਹੋਣਗੀਆਂ। ਅਸੀਂ ਨਾ ਤਾਂ ਖੋਲਿਆ ਪਿਓ ਦਾਦੇ ਦਾ, ਨਾ ਵੇਖਿਆ, ਨਾ ਖੋਲਿਆ, ਨਾ ਵਿਚਾਰਿਆ, ਨਾ ਖਾਧਾ, ਨਾ ਖਰਚਿਆ। ਆਖੋ ਵਾਹਿਗੁਰੂ। ਤੁਸੀਂ ਮਹਿਸੂਸ ਕਰਦੇ ਹੋ ਜਿੰਨੇ ਤੁਸੀਂ ਬੈਠੇ ਹੋ? ਚਲੋ ਮੈਂ ਤਾਂ ਕਹਿੰਦਾ ਤੁਸੀਂ ਸਾਰੇ ਭਾਗਾਂ ਵਾਲੀ ਹੋ ਜਿਹੜੇ ਬੈਠੇ ਹੋ। ਆਖੋ ਵਾਹਿਗੁਰੂ। ਇਹ ਸਾਡੀ ਘਾਟ ਨਹੀਂ ਰਹਿ ਗਈ ਵੀ ਅਸੀਂ ਸਾਹਿਬ ਦੇ ਖਜ਼ਾਨੇ ਨੂੰ ਜਾਣ ਨਹੀਂ ਸਕੇ, ਘੱਟ ਰਹਿ ਗਈ ਕਿ ਨਹੀਂ? ਬੋਲੋ। ਜੇ ਕਦੀ ਜਦੋਂ ਗੁਰੂ ਗਰੰਟੀ ਦੇ ਰਿਹਾ ਵੀ ਖਾਵੇਂ ਖਾਂ ਹਾਂ ਤੇ ਖਰਚ ਹਾਂ, ਜਪ ਹਾਂ ਤੇ ਜਪਾ ਹਾਂ, ਪੁੱਤ ਤੋਟ ਨਾ ਆਵੇ, ਤੋਟ ਨਹੀਂ ਆਊਗੀ, ਤੋਟ ਨਾ ਆਵੇ, ਵੱਧ ਹੋ ਜਾਈ। ਸੁਣੇ ਸੁਣ ਮਿਲਿਆ ਸਮਦਰਸੀ ਪਵਨ ਰੂਪ ਹੋਏ, ਜਾਵੇਂਗੇ ਦਰਸ਼ਨ ਛੋੜ। ਸੁਣੋ, ਆਪਾਂ ਕੀ ਰੱਟ ਲਾਈ? ਸਾਰੇ ਇਸ ਗੱਲ 'ਤੇ ਬੈਠੇ ਮੈਨੂੰ ਦਰਸ਼ਨ ਹੋਣ। ਭਾਅ ਜੀ ਮੈਨੂੰ ਕਦੋਂ ਦਰਸ਼ਨ ਹੋਣਗੇ? ਵੀਰ ਜੀ ਮੈਨੂੰ ਕਿੱਦਾਂ ਦਰਸ਼ਨ ਹੋਣਗੇ? ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਅਸੀਂ ਇਸ ਸਥਾਨ 'ਤੇ ਪਹੁੰਚ ਗਏ, ਆਪਣੇ ਦਰਸ਼ਨ ਕਰ ਲਏ। ਦਰਸ਼ਨ ਛੋੜ ਪਏ ਸਮਦਰਸੀ ਸਾਹਮਣੇ, ਤੂੰ ਉਹਨੂੰ ਜੋ ਲੱਭਦਾ ਤੂੰ ਉਹਦੇ ਵਰਗਾ ਕਿਉਂ ਨਹੀਂ ਹੋ ਜਾਂਦਾ? ਤੇ ਉਹਨਾਂ ਚਿਰ ਛੁੱਟਿਆ ਵੀ ਨਹੀਂ ਹੋ ਜਾਣਾ
ਜੇ ਤੂੰ ਕਹਿ ਵੀ ਮੈਂ ਰਾਂ ਉਹ ਰਵੇ ਇੱਕ ਤਾਂ ਨਹੀਂ ਹੋਇਆ ਜਾਣਾ। ਆਖੋ ਵਾਹਿਗੁਰੂ ਕੀ ਮਕੜ ਸਿਆ ਮੈਂ ਰਾਂ ਉਹ ਰਵੇ ਅਤੇ ਰਹਿਣੇ ਤਾਂ ਦੋ ਹੀ ਆ ਸੱਜਣਾ। ਜਿੰਨੀ ਮਰਜ਼ੀ ਕਮਾਈ ਵਾਲਾ ਹੋ ਜਾ ਜੇ ਤੂੰ ਦੋ ਹੈ ਨਾ ਸਮਝ ਲਾ ਵੀ ਤੂੰ ਸਮੁੰਦਰ ਸੀ ਨਹੀਂ ਹੋਇਆ। ਤੇਰੇ ਲਈ ਤਾਂ ਬੜੇ ਦਰਵਾਜ਼ੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖੋਲ੍ਹੇ ਨੇ। ਆਖੋ ਵਾਹਿਗੁਰੂ ਖਾਲਸਾ ਮੇਰੋ ਸਮੁੰਦਰ ਸੀ ਮੇਰਾ ਅਤੇ ਇਹਦਾ ਇੱਕੋ ਹੀ ਰੂਪ ਆ। ਖਾਲਸੇ ਮੈਂ ਹੂੰ ਕਰੂੰ ਇਹਦੇ ਵਿੱਚ ਵੀ ਮੈਂ ਬੈਠਾ ਇਹਦਾ ਸਰੀਰ ਵੀ ਮੈਂ ਹੀ ਬਣ ਗਿਆ। ਪੰਜ ਕਕਾਰ ਮੇਰੇ ਗੱਲ ਸਰੀਰ ਦੇ ਉੱਤੇ ਪੰਜੀ ਇਹਦੇ ਸਰੀਰ 'ਤੇ ਖੁੱਲ੍ਹਾ ਦਾੜਾ ਇਹਦਾ ਖੁੱਲ੍ਹਾ ਦਾੜਾ ਮੇੜਾ ਦਸਤਾਰ ਮੇਰੇ ਸਿਰ 'ਤੇ ਦਸਤਾਰ ਇਹਦੇ ਇੱਕੋ ਨਾਮ ਤੇ ਆਵੇਂਗੇ ਬੋਲੋ ਇੱਕੋ ਮੇਰਾ ਕਲਮੀਆਂ ਵਾਲਾ ਪਾਤਸ਼ਾਹ ਵੀ ਵਾਹਿਗੁਰੂ ਵਾਹਿਗੁਰੂ ਇੱਧਰੋਂ ਸਿੱਖ ਵੀ ਵਾਹਿਗੁਰੂ 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 ਸ਼ਬਦ ਦੇ ਵਿੱਚ ਇਸ਼ਾਰਾ ਕੀ ਆ ਵੀ ਦਰਸ਼ਨ ਛੋੜ ਪੱਕਾ ਦ੍ਰਿੜ ਕਰੋ ਦਰਸ਼ਨ ਛੋੜ ਕੀ ਭਲਾ ਜਿਹੜੀ ਦਰਸ਼ਨ ਦੀ ਰੱਟ ਲਾਈ ਹੈ ਨਾ ਅਜੇ ਤੇ ਜਿੰਨੇ ਵਿਚਾਰੇ ਗੱਡੀਆਂ 'ਚ ਚੜ੍ਹੇ ਨੇ ਨਾ ਲੋਕਾਂ ਦੀਆਂ 'ਚ ਕਿੱਧਰ ਗਏ ਨੇ ਦਰਸ਼ਨ ਕਰ ਫਲਾਣੇ ਥਾਂ ਦਰਸ਼ਨ ਕਰਾਉਂਦੇ ਨੇ ਕਿਹਦੇ ਦਰਸ਼ਨ ਜਿਹਦਾ ਚੱਕਰ ਚੈਨ ਅਰ ਭਰਨ ਜਾਤ ਅਰ ਪਾਤ ਨਹਿ ਰੂਪ ਰੰਗ ਅਰ ਰੇਖ ਭੇਦ ਜਿਹਦੇ ਬਾਰੇ ਲਿਖਿਆ ਰੂਪ ਨਾ ਰੇਖ ਨਾ ਰੰਗ ਪੇਸ਼ ਤ੍ਰੈ ਗੁਣ ਤੇ ਪ੍ਰਭ ਤਿਸੇ ਵਜਾਏ ਕੇ ਵਿਖਾਏ ਗੁਰਾ ਇੱਕ ਵਜਾਈ ਕੇ ਵਿਖਾਈ ਜਿਹੜਾ ਦਰਸ਼ਨ ਦਾ ਕੰਸੈਪਟ ਹੈ ਨਾ ਗੁਰਬਾਣੀ 'ਚ ਆਖੋ ਵਾਹਿਗੁਰੂ ਦਰਸ਼ਨ ਦਾ ਮੀਨਸ ਹੈ ਗੁਰਮੰਤਰ ਦੇਵਤਿਆਂ ਦਰਸ਼ਨ ਕੇ ਤਾਂ ਦੁੱਖ ਭੁੱਖ ਤੀਰਥ ਕੀਏ ਭੱਜੇ ਫਿਰਦੇ ਸੀ ਦੁਖੀ ਰਹਿ ਕੇ ਭੁੱਖੇ ਰਹਿ ਕੇ ਕੀ ਚਾਹੁੰਦੇ ਸੀ ਸਾਨੂੰ ਕਿਤੇ ਗੁਰਮੰਤਰ ਮਿਲ ਜਾਏ ਸਿੱਧੀ ਮਨੇ ਵਿਚਾਰਿਆ ਦਰਸ਼ਨ
ਹਾਂ ਪੁੱਤ ਅੱਛਾ ਕੇਵ ਦਰਸ਼ਨ ਇਹ ਲੇਵੇ ਪਾਲਾ ਜੇ ਦਰਸ਼ਨ ਸਰੀਰ ਦੇ ਦੀ ਗੱਲ ਹੁੰਦੀ ਤਾਂ ਬਾਲਕਾ ਤਾਂ ਸਾਹਮਣੇ ਬੈਠਾ ਸੀ ਗੁਰੂ ਨਾਨਕ ਸਾਹਿਬ ਫਿਰ ਦਰਸ਼ਨ ਕਿਹਦੇ ਕਰਨੇ ਸੀ ਉਹ ਪਕੜ ਵੀ ਲੱਗ ਰਿਹਾ ਕਿ ਵੈਸੇ ਸਿਰ ਹਿਲਾ ਸਿੱਧਾਂ ਨੂੰ ਜਦੋਂ ਮੇਰੇ ਗੁਰੂ ਨਾਨਕ ਸਾਹਿਬ ਦੀਨ ਦੁਨੀਆ ਦੇ ਮਾਲਕ ਨੇ ਪੈਰਾਂ 'ਚ ਸੁੱਟ ਲਿਆ ਹੁਣ ਸਿੱਧ ਕਹਿੰਦੇ ਆ ਵੀ ਇੰਨਾ ਤਪੱਸਵੀ ਇੰਨਾ ਕਲਾਧਾਰੀ ਬੱਚਾ ਕਿਤੇ ਸਾਡਾ ਦਰਸ਼ਨ ਲੈ ਲਿਆ ਦਰਸ਼ਨ ਕਹਿੰਦੇ ਗੁਰਮੰਤਰ ਨੂੰ ਦ੍ਰਿੜ ਕਰੋਗੇ ਕਿਹਨੂੰ ਕਹਿੰਦੇ ਦਰਸ਼ਨ ਪਰਸੀ ਹੈ ਗੁਰੂ ਕੈ ਹੁਣ ਗੁਰੂ ਦਾ ਸਰੂਪ ਕੋਈ ਨਹੀਂ ਪਰਸਣਾ ਸੁਰਤ ਵਿੱਚ ਲਿਆਉਣਾ ਸੁਰਤ ਨੂੰ ਪਰਸਣਾ ਜਨਮ ਮਰਨ ਦੁੱਖ ਜਾਏ ਉਹਨਾਂ ਨੇ ਸਿੱਧੀ ਮਨੇ ਵਿਚਾਰਿਆ ਕਿਵ ਦਰਸ਼ਨ ਇਹ ਲੇਵੇ ਬਾਲਾ ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਾਲਾ ਜੇ ਕਿਤੇ ਸਾਡਾ ਚੇਲਾ ਬਣ ਜਾਏ ਸਾਡਾ ਗੁਰਮੰਤਰ ਲੈ ਕੇ ਅਤੇ ਸਾਡੇ ਯੋਗ ਮਤ ਦਾ ਪ੍ਰਚਾਰ ਕਰੇ ਅਤੇ ਸਾਰੀ ਦੁਨੀਆ 'ਤੇ ਯੋਗ ਮਤ ਦੀ ਜੈ ਜੈਕਾਰ ਕਰਾ ਦੇ ਹੋਰ ਸਿਰ ਹੋਰ ਖੁੱਲ੍ਹ ਜਾਓ ਭਾਉ ਤੇਰਾ ਭਾਂ ਇਤਰਾ ਬੈਠੋ ਭਾਉ ਤੇਰਾ ਭਾਂਗ ਆਉਂਦਾ ਖਲੜੀ ਮੇਰਾ ਚੀਤ ਤੇਰਾ ਡਰ ਹੀ ਮੇਰੀ ਭਾਂਗਿਆ ਤੇਰਾ ਮੇਰੀ ਭਾਂਗਿਆ ਇਸ ਡਰ ਵਿੱਚ ਰਹਿ ਕੇ ਮੈਂ ਦੀਵਾਨਾ ਤੇਰੇ ਡਰ ਦੀ ਭੰਗ ਪੀ ਕੇ ਭਇਆ ਅਤੀਤ ਬੇਪਰਵਾਹ ਹੋ ਗਿਆ ਤੇਰੇ ਡਰ ਵਿੱਚ ਰਹਿ ਕੇ ਮੈਂ ਡਰ ਤੋਂ ਰਹਿਤ ਹੋ ਗਿਆ ਪਤਾ ਲੱਗਿਆ ਤੇਰੇ ਮੈਂ ਡਰ ਤੋਂ ਤੇਰੇ ਡਰ ਦੀ ਭੰਗ ਪੀਤੀ ਅਤੇ ਮੈਂ ਅਤੀਤ ਹੋ ਗਿਆ ਬੇਪਰਵਾਹ ਹੋ ਗਿਆ ਅਤੀਤ ਮੈਨੇ ਬੇਪਰਵਾਹ ਹੁਣ ਮੈਂ 24 ਘੰਟੇ ਕਰ ਕਾਸਾ ਹੁਣ ਸੁਣਿਓ 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 ਗੁਰੂ ਕੇ ਸਿੱਖ ਪਕੜਨਾ ਹੈ ਕਰ ਹੁਣ ਇਹਦੇ ਵਿੱਚ ਸਰੀਰ ਥੋੜ੍ਹਾ ਪੈਣਾ ਹੈ ਪਕੜ 'ਚ ਆਇਆ ਕਿ ਨਹੀਂ ਅਜੇ ਜੇ ਸਰੀਰ ਦੇ ਦੀਦਾਰ ਦੀ ਗੱਲ ਹੋਵੇ ਤਾਂ ਹੱਥ 'ਤੇ ਕੀਤੇ ਨੇ ਇਤਰਾ ਕਾਸਾ ਅਤੇ ਉਹਦੇ ਵਿੱਚ ਲਿਖਿਆ ਕਰ ਕਾਸਾ ਦਰਸ਼ਨ ਕੀ ਭੂਕ ਆਪੇ ਸਪਸ਼ਟ ਹੋ ਗਿਆ ਜੇ ਸਰੀਰ ਮੰਗਣਾ ਹੁੰਦਾ ਸਰੀਰ ਦੇ ਦੀਦਾਰ ਮੰਗਣੇ ਹੋਣੇ ਅਤੇ ਉਹ ਬੁੱਕ 'ਚ ਨਹੀਂ ਸੀ ਪੈਣੇ ਬੁੱਕ ਵਿੱਚ ਕੀ ਮੰਗਿਆ ਜਾਂਦਾ ਹੈ ਭੀਖ ਭੀਖ ਕਾਹਦੀ ਨਾਮ ਦੀ ਸ਼ੇਖ ਫਰੀਦੇ ਖੈਰ ਦੀ ਜੈ ਬੰਦਗੀ ਇੱਥੋਂ ਪਤਾ ਲੱਗਾ ਦਰਸ਼ਨ ਕੀ ਆ ਗੁਰਮੰਤਰ ਆਖੋ ਵਾਹਿਗੁਰੂ ਗੱਡੀਆਂ ਦੀਆਂ ਗੱਡੀਆਂ ਚੜੀਆਂ ਫਿਰਦੀਆਂ ਫੈਰ ਮੋੜਾਵਾਂ ਉੱਥੇ ਚੱਲ ਆਪਣੇ ਵਿਚਾਰ ਸਵਾਰੀ ਕੀਜੇ ਸਹਿਜ ਕੇ ਪਾਵਣੇ ਪੱਗ ਧਰ ਲੀਜੇ ਕਹਿਤ ਕਬੀਰ ਭਲੇ ਅਸਵਾਰਾ ਭਲੇ ਅਸਵਾਰ ਕੌਣ ਨੇ ਜਿਹੜਾ ਵੇਦ ਕਤੇਬ 'ਤੇ ਰਹੇ ਨਿਆਰਾ ਜਿਹੜਾ ਵੇਦਾਂ ਕਤੇਬਾਂ ਤੋਂ ਤਾਂ ਉੱਠ ਕੇ ਰੱਬ ਦੀ ਇਬਾਦਤ ਕਰਦਾ ਹੈ ਆਖੋ ਵਾਹਿਗੁਰੂ ਉਹ ਭਲਾ ਸਵਾਰ ਆ ਉਹ ਕਿਤੇ ਨਾ ਕਿਤੇ ਪਹੁੰਚ ਜਾਂਦਾ ਸਵਾਰੀ ਕਰਕੇ ਉਹਦੀ ਸੁਰਤ ਇੱਕ ਵਾਰ ਮੈਨੂੰ ਦੱਸੋ ਇੱਥੇ ਖੇਲ ਸੁਰਤ ਅਤੇ ਸ਼ਬਦ ਦਾ ਹੈ ਇੱਕ ਗੱਲ ਨੋਟ ਕਰ ਲਿਓ ਪੱਲੇ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਪੜ੍ਹ ਕੇ ਵੇਖ ਲਿਓ ਇੱਕੋ ਹੀ ਗੱਲ ਚੱਲੂਗੀ ਸੁਰਤ ਦੀ ਅਤੇ ਸ਼ਬਦ ਦੀ ਅਤੇ ਫਿਰ ਤੁਸੀਂ ਆਪਣਾ ਪੀਰੀਅਡ ਖਰਾਬ ਨਾ ਕਰੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਆਪਣਾ ਪੀਰੀਅਡ ਕਿਸੇ ਦੇ ਦਰਸ਼ਨ ਦੁਰਸ਼ਨ ਕਰਨ ਦੇ ਮਗਰ ਨਾ ਭੱਜੋ
ਆ ਹੁਣੇ ਹੀ ਅੱਜ ਮੈਂ ਬੱਚੀ ਕੋਲੋਂ ਸੁਣ ਲਿਆ ਸੋ ਸਹਿਜ ਪਾਠ ਆਖੋ ਵਾਹਿਗੁਰੂ। ਅਤੇ ਉਹਦੇ ਵਿੱਚ ਇੱਕ ਸ਼ਬਦ ਇਹਨੇ ਪੜਿਆ ਵੀ ਕਿਤੇ ਦੇਸ ਨਾ ਆਇਆ ਸੁਣੀਏ। ਬੋਲੋ ਬੋਲਾ, ਫਿਰ ਬੋਲੋ, ਇਹਦਾ ਅਰਥ ਕੀ ਹੈ ਜੀ? ਦੱਸੋ ਬੋਲੋ। ਹੈ ਨਹੀਂ 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 ਨਹੀਂ, ਸਰੀਰ 'ਚ ਤਾਂ ਆਇਆ ਹੈ। ਕਿਤੇ ਦੇਸ ਵਿੱਚ ਵੀ ਕੋਈ ਕਵੇ ਉਹ ਮੱਕੇ 'ਚ ਬੈਠਾ, ਬਾਹਰਲੇ ਦੇਸ਼, ਕਿਤੇ ਦੇਸ ਨਾ ਆਇਆ ਸੁਣੀਏ। ਅਤੇ ਅੱਗੇ ਲਿਖਿਆ ਤੀਰਥ ਪਾਸ ਨਾ ਬੈਠਾ, ਕਰੀ ਜੋ ਮੂਰਖਤਾ ਹੀ, ਲੱਭੀ ਜੋ ਦੇਸ਼ਾਂ ਵਿੱਚੋਂ, ਲੱਭੀ ਜੋ ਉਹਨੂੰ ਤੀਰਥਾਂ ਦੇ ਉੱਤੇ। ਮੇਰੇ ਗੁਰੂ ਨਾਨਕ ਦਾ ਰਾਮ ਕਲੀ ਰਾਗ ਵਿੱਚ ਇਹ ਵਜਣਾ। ਜੇ ਤੁਸੀਂ ਹੁਣ ਗੁਰੂ ਨਾਨਕ ਨੂੰ ਇਹ ਤੁਸਾਂ ਪਤਾ ਕੀ ਬਾਹਰ ਜਾ ਕੇ ਕਹਿਣਾ? ਉਹ ਪਰਮਜੀਤ ਸਿੰਘ ਕਹਿੰਦਾ ਸੀ, ਉਦਣ ਹੀ ਤੁਹਾਡਾ ਭਲਾ ਹੋ ਜਾਣਾ ਜਦੋਂ ਕਹਿਣਾ ਮੈਂ ਅੱਜ ਗੁਰੂ ਨਾਨਕ ਕੋਲੋਂ ਸੁਣ ਕੇ ਆਇਆ, ਰੱਬ ਕਿਸੇ ਦੇਸ਼ ਵਿੱਚ ਨਹੀਂ ਬੈਠਾ, ਰੱਬ ਕਿਸੇ ਤੀਰਥ 'ਤੇ ਨਹੀਂ ਬੈਠਾ। ਜਦੋਂ ਤੁਹਾਡੀਆਂ ਇਹ ਯਾਤਰਾ ਬੰਦ ਹੋ ਗਈਆਂ, ਅੰਦਰ ਦੀ ਯਾਤਰਾ ਸ਼ੁਰੂ ਹੋ ਜਾਊਗੀ। ਅਖਵੇ ਅਜੇ ਤੇ ਬਾਹਰ ਦੀਆਂ ਪੂਰੀਆਂ, ਬਾਹਰ ਢੂੰਡਣ 'ਤੇ ਛੂਟ ਭਰੇ। ਜਦੋਂ ਬਾਹਰੋਂ ਢੂੰਡਣਾ ਛੱਡੇਗਾ ਤਾਂ ਉਸੇ ਦਿਨ ਹੀ ਉਹਨੂੰ ਪਤਾ ਲੱਗ ਜੂਗਾ ਵੀ ਇਹਨੂੰ ਅਸਲੀ ਗੱਲ ਦਾ ਪਤਾ ਲੱਗਿਆ। ਗੁਰਘਰ ਹੀ ਮੈਂ ਦਿਖਾਇਆ ਥਾ ਅੰਦਰ ਹੀ, ਨੌਨਤ ਅੰਮ੍ਰਿਤ ਪ੍ਰਭ ਕਾ ਨਾਮ, ਜੇ ਨਾਮ ਦਰਸ਼ਨ ਆ ਤਾਂ ਫਿਰ ਉਹ ਤਾਂ ਤੇਰੀ ਦੇਹ 'ਚ ਆ। ਆਖੋ ਵਾਹਿਗੁਰੂ, ਬੋਰ ਤਾਂ ਨਹੀਂ ਹੋ ਗਏ? ਬਰੀਕ ਗੱਲਾਂ ਨੇ ਨਾ, ਸਾਖੀ ਨਹੀਂ ਨਾ ਕੋਈ, ਤਾਂ ਕਰਕੇ ਬੋਰ ਹੋ ਜਾਂਦੀ ਆ ਰੂਹਾਂ। ਆਖੋ ਵਾਹਿਗੁਰੂ, ਫਿਰ ਥੋੜ੍ਹਾ ਜਿਹਾ ਸੁਚੇਤ ਹੋ। ਕਿਤੇ ਦੇਸ ਨਾ ਆਇਆ ਸੁਣੀਏ, ਤੀਰਥ ਪਾਸ ਨਾ ਬੈਠਾ, ਦਾਤਾ ਦਾਨ ਕਰੇ ਤੈ ਨਾਈ। ਕਿਤੇ ਇਹ ਵੀ ਨਹੀਂ ਵੀ ਵੱਡਾ ਦਰਬਾਰ ਲਾ ਕੇ ਤੇ ਪੁੱਤ ਵੰਡ ਰਿਹਾ, ਧੀਆਂ ਵੰਡ ਰਿਹਾ, ਇਹ ਵੀ ਗੱਲ ਵੇਖ ਲਓ। ਤੇ ਮਹਿਲ ਉਸਾਰ ਨਾ ਬੈਠਾ, ਨਾ ਮਹਿਲ ਪਾ ਕੇ ਬੈਠਾ, ਫਿਰ ਕਿੱਥੇ ਆਓ? ਉਹ ਦੇਹੀ ਤੇਰੀ ਦੇ ਵਿੱਚ ਆ। ਨਵਨਿਤ ਅੰਮ੍ਰਿਤ ਪ੍ਰਭ ਕਾ ਨਾਮ ਸੁਣ, ਸਮਾਦ ਅਨਹਤ ਤੈ, ਤੈ ਮਣੇ ਤਿੱਥੇ, ਤੈ ਨਾਦ ਕਹਿਣ ਨਾ ਜਾਈ, ਅਚਰਜ ਬਿਸਮਾਦ। ਮਗਰ ਉਹ ਦੇਖਦਾ ਕਿਨੂੰ ਆ? ਤਿੰਨ ਦੇਖਿਆ, ਜਿਸ ਆਪ ਦਿਖਾਏ ਨਾਨਕ ਤਿਸ ਜਨ। ਅਤੇ ਆਪ ਵੱਲ ਤੇ ਇਸ਼ਾਰਾ ਪਕੜ ਕੇ ਮਸ ਮਾਤ ਸ਼ਬਦੀ ਵਿਚਾਰ ਕਰ ਲਾ, ਸਭ ਕੁਛ ਜੀਵਿਤ ਕੋ ਵਿਵਹਾਰ। ਇੱਕ ਗੋਲ ਨੋਟ ਕਰ ਲਓ, ਜਿੰਨੇ ਤੁਸੀਂ ਬੈਠੇ ਹੋ, ਆਪ ਕਿਹਾ ਜੀ ਉਹਨੇ, ਪਰਮਜੀਤ ਸੋਨੀ, ਰਣਜੀਤ ਸੋਨੀ, ਦਲਜੀਤ ਸੋਨੀ, ਜਾਂ ਤਾਂ ਐਡਰੈਸ ਦੇ ਦਿੰਦਾ। ਆਖੋ ਵਾਹਿਗੁਰੂ, ਵੀ ਜੇ ਪਰਮਜੀਤ ਸਿੰਘ ਕੋਲੋਂ ਕੰਮ ਨਾ ਸਰਿਆ ਤਾਂ ਰਣਜੀਤ ਸਿੰਘ ਕੋਲ ਸੈਕਰਮੈਂਟ ਚੱਲ ਜਾਈ, ਜੇ ਉਹਦੇ ਕੋਲੋਂ ਨਾ ਸਰਿਆ ਤਾਂ ਲੜਾਈ ਚੱਲ ਜਾਈ। ਉਹਨੇ ਕਹਿੰਦਾ ਨਹੀਂ, ਆਪ ਤਿੰਨ ਦੇਖਿਆ, ਜਿਸ ਆਪ ਦਿਖਾਇਆ। ਆਖੋ ਵਾਹਿਗੁਰੂ, ਅਤੇ ਆਪ ਹੀ ਤੈਨੂੰ ਅੰਦਰ ਲੈ ਕੇ ਜਾਊਗਾ। ਗੁਰੂ ਰਾਮਦਾਸ ਕਿਰਪਾ ਕਰੇ, ਮਾਰੋ ਚੌਂਕੜੇ, ਅੱਜ ਦੇ ਸ਼ਬਦ ਦੀ ਵਿਚਾਰ ਕਰੀਏ। ਵਾਹਿਗੁਰੂ, 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 ਅੰਦਰ ਚੱਲਣਾ, ਕਹਿੰਦੇ ਹੀ ਲੈਣਾ, ਇਹ ਪਾਵਰਫੁੱਲ ਬੜੀ ਚੀਜ਼। ਵਾਹਿਗੁਰੂ, 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 ਵ
ਬੜਾ ਸਰਲਿਆ ਸੁਣ ਲਓ, ਇਹ ਭੈਣ ਭਰਾ ਮਿੱਤਰ ਸੱਜਣ ਮਾਂ ਪਿਓ ਜੀਂਦਿਆਂ ਦੇ ਅਤੇ ਮਰਿਆਂ ਦੇ ਵੀ, ਹੁਣ ਤਾਂ ਕਰੋਨਾ ਨੇ ਅੱਖੀਂ ਵਿਖਾਤਾ, ਮਰ ਗਿਆ ਬੰਦਾ। ਨੌ ਰਾਣੀ ਕਹਿੰਦੀ ਸਾਨੂੰ ਕਾਹਦੇ ਲਈ ਸੱਦਦੇ ਹੋ, ਲੈ ਜਾਓ ਆਪ ਹੀ ਇਹਨੂੰ ਕਰ ਦਿਓ ਸੰਸਕਾਰ, ਇਹਦਾ ਬਾਹਰ ਜਾ ਕੇ ਆਖੋ ਵਾਹਿਗੁਰੂ। ਜਦੋਂ ਜਿਉਂਦਾ ਸੀ ਬੈਗ ਭਰ ਭਰ ਕੇ ਨੋਟਾਂ ਦੇ ਲਿਆਉਂਦਾ ਸੀ, ਉਦੋਂ ਸਹੁਰਾ ਸੀ, ਉਦੋਂ ਨੋਟ ਲੈ ਕੇ ਕਿਤੇ ਬਾਹਰ ਚੱਲ ਜਾਂਦਾ ਤੇ ਬਾਪੂ ਜੀ ਬਾਹਰ ਕਿਉਂ ਚੱਲੇ ਚੱਲੇ ਹੋ, ਤੁਸੀਂ ਕਿਉਂ ਲੈ ਚੱਲੇ ਹੋ ਜੀ ਸਾਡੇ ਬਾਪੂ ਨੂੰ, ਕਹਿੰਦੇ ਕਿ ਨਹੀਂ ਬੋਲੋ। ਜੇ ਨੋਟਾਂ ਦਾ ਬੈਗ ਕੋਲ ਹੁੰਦਾ ਤੇ ਨਾ ਉਹਨੇ ਕਹਿਣਾ ਸੀ ਨਾ ਵੀ ਸਾਡੇ ਬਾਪੂ ਨੂੰ ਤੁਸੀਂ ਕਿਉਂ ਲੈ ਚੱਲੇ ਹੋ ਬਾਹਰ ਨੂੰ, ਇੱਥੇ ਪਾ ਲਓ। ਮੇਰਾ ਬਾਬਾ ਕਹਿੰਦਾ ਬੰਦਿਆ ਚੰਗੀ ਤਰ੍ਹਾਂ ਸੋਚ ਲਾ, ਤੈਨੂੰ ਰੋਜ਼ ਸੁਣ ਕੇ ਤੈਨੂੰ ਸਮਝ ਨਹੀਂ ਪੈ ਰਹੀ ਜਾਂ ਤੂੰ ਸਮਝਣਾ ਨਹੀਂ ਚਾਹੁੰਦਾ, ਆਖੋ ਵਾਹਿਗੁਰੂ, ਜਾਂ ਤੂੰ ਧਰਮ ਦੇ ਪਰਦੇ ਦੇ ਵਿੱਚ ਛੁੱਪ ਕੇ ਜ਼ਿੰਦਗੀ ਕੱਟਣੀ ਚਾਹੁੰਦਾ ਹੈ ਵੀ ਗਾਤਰਾ ਪਾ ਲਿਆ, ਦੇਵਾਲਾ ਬੰਨ ਲਿਆ, ਕਸ਼ਹਿਰਾ ਪਾ ਲਿਆ, ਪੰਜ ਕਕਾਰ ਸਜਾ ਲਿਆ ਅਤੇ ਚੱਲ ਇਤਨੇ ਤੇ ਜ਼ਿੰਦਗੀ ਲੰਘ ਜਾਣੀ, ਇਹਦਾ ਵੀ ਪੇਪਰ ਹੋਣਾ ਹੈ, ਇਹਦਾ ਵੀ ਪੇਪਰ ਹੋਣਾ ਹੈ, ਆਖੋ ਵਾਹਿਗੁਰੂ। ਗਾਤਰਾ ਜਿਹਨੇ ਪਾਇਆ ਉਹਦਾ ਵੀ ਪੇਪਰ ਹੋਣਾ, ਅਤੇ ਸੱਚੀ ਮੁੱਚੀ ਤੈਨੂੰ ਕੁਐਸਚਨ ਇਹੋ ਜਿਹੇ ਆਉਣੇ ਨੇ ਜਿਨ੍ਹਾਂ ਬਾਰੇ ਤੂੰ ਅਜੇ ਪੜ੍ਹਾਈ ਕਰਕੇ ਰਾਜੀ ਨਹੀਂ, ਉਹਦੇ ਬਾਰੇ ਤੂੰ ਸੋਚ ਕੇ ਹੀ ਨਹੀਂ ਰਾਜੀ। ਆਹ ਨਵੇਂ ਪਾਤਸ਼ਾਹ ਨੇ ਅੱਜ ਆਖਿਆ, ਪਹਿਲੀ ਗੱਲ ਤਾਂ ਇਹ ਸਮਝਾਂ ਵੀ ਜਿੰਨੇ ਧੀਆਂ ਪੁੱਤਰ ਪਰਿਵਾਰ ਆ ਸਭ ਜਿਉਂਦਿਆਂ ਦੇ, ਸਭ ਕੁਛ ਜੀਵਤ ਕੋ ਵਿਵਹਾਰ, ਬੋਲੋ ਮੇਰਾ ਉਹਦੇ ਨਾਲ ਚੰਗਾ ਵਿਹਾਰ ਆ, ਆਖ ਵਾਹਿਗੁਰੂ। ਆਖਰੀ ਤੇ ਵੀ ਮੇਰਾ ਉਹਦੇ ਨਾਲ ਚੰਗਾ ਵਿਹਾਰ ਚੱਲਦਾ ਹੈ, ਕਿੰਨਾ ਚਿਰ ਜਿਉਂਦਿਆਂ, ਮਰਨ ਤੋਂ ਬਾਅਦ ਵੀ ਬਣਾਉਣਾ ਵਿਹਾਰ, ਇਕੱਠੀ ਮੀਟਿੰਗ ਕਰਦੇ ਸੋ ਇਕੱਠੇ ਗੱਡੀ 'ਚ ਬਹਿ ਕੇ ਜਾਂਦੇ, ਅੱਜ ਨਹੀਂ ਪੀਂਦਾ ਨਾਲ ਉਹਦੇ, ਉਹਨੂੰ ਲੈ ਗਏ ਨੇ ਕੱਪੜੇ 'ਚ ਵੀ ਲੇਟ ਕੇ ਇਤਨਾ ਦਾ ਕਰਕੇ, ਅੱਜ ਨਹੀਂ ਜਾਂਦਾ ਨਾਲ। ਸਭ ਕੁਛ ਜੀਵਤ ਕੋ ਜਿਹੜਾ ਵਿਹਾਰ ਹੈ ਜਿਉਂਦਿਆਂ ਦਾ ਹੈ, ਉਹਦੇ ਤੋਂ ਬਾਅਦ ਕੋਈ ਕਿਸੇ ਦਾ ਸੰਗੀ ਨਹੀਂ, ਆਖ ਵਾਹਿਗੁਰੂ। ਮਾਤ ਪਿਤਾ ਭਾਈ ਸੁੱਧ ਬੰਧਪ ਅਰਫੁਨ ਗ੍ਰਹਿ ਕੀ ਨਾਰ, ਚੰਗੀ ਤਰ੍ਹਾਂ ਧਿਆਨ ਮਾਰ ਲਾ, ਇਹ ਸਾਰੇ ਆਖ ਵਾਹਿਗੁਰੂ। ਹਾਲੇ ਤਾਂ ਥੋੜ੍ਹੇ ਦਿਨ ਪਹਿਲਾਂ ਬਾਪੂ ਨੂੰ ਵੇਖਿਆ, ਮਾਤ ਪਿਤਾ ਭਾਈ ਸੁੱਤ ਬੰਧਪ ਅਰਫੁਨ ਗ੍ਰਹਿ ਕੀ, ਇਹ ਸਭ ਕੁਛ ਜੀਵਤ ਕੋ ਬੋਲਿਆ ਕਰੋ ਪੁੱਤ, ਇੱਥੇ ਰਹੋਗੇ। ਜਿਹੜਾ ਬੰਦਾ ਬੋਲਦਾ ਹੈ ਨਾ ਨਾਲ ਗੁਰਬਾਣੀ, ਸਮਝ ਲਓ ਉਹਦੀ ਮਾਇੰਡ ਇੱਥੇ ਰਹਿੰਦਾ ਹੈ, ਨਹੀਂ ਤਾਂ ਚੁੱਪ ਹੋ ਜਾਓਗੇ ਦੋਵਾਂ ਮਿੰਟਾਂ 'ਚ, ਪਤਾ ਨਹੀਂ ਕਿੱਥੇ ਬੈਠਾ ਤੁਸੀਂ, ਸਿਰ ਹਿਲਾ ਰਹੇ ਹੋ ਤੁਸੀਂ, ਮਗਰ ਇਹ ਵਿੱਚੋਂ ਜਿਹਨੇ ਸੁਣਨਾ ਸੀ, ਜਿਹਨੇ ਬੰਦਾ ਬਣਨਾ ਸੀ, ਜਿਹੜਾ ਵਿਗੜਿਆ ਉਹ ਇੱਥੇ ਹੀ ਨਹੀਂ, ਸਰੀਰ ਥੋੜ੍ਹਾ ਵਿਗੜਿਆ, ਸਰੀਰ ਨੇ ਤਾਂ ਕੜਾ ਪਾਇਆ, ਕਿਰਪਾਨ ਪਾਈ, ਕਛਹਿਰਾ ਪਾਇਆ, ਸਾਰਾ ਐਂ ਤਿਆਰ ਬਰ ਤਿਆਰ ਹੋਇਆ, ਕਰੀਮ ਮਲ ਕੇ ਮੂੰਹ ਚਿੱਟਾ ਕਰਕੇ ਆਇਆ, ਸਰੀਰ ਥੋੜ੍ਹਾ ਵਿਗੜਿਆ, ਵਿਗੜਿਆ ਤਾਂ ਮਾਂ ਨਾ। ਅਤੇ ਜਦੋਂ ਤੁਸੀਂ ਬਾਣੀ ਨਾਲ ਨਹੀਂ ਬੋਲਦੇ, ਸਮਝ ਲਓ ਮਨ ਵਿੱਚ ਨਹੀਂ ਹੈਗਾ, ਉਹ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ। ਮਹਾਰਾਜ ਪਾਤਸ਼ਾਹ ਕਹਿੰਦੇ ਮਾਤ ਪਿਤਾ ਭਾਈ ਸੁੱਤ ਬੰਦਪ ਅਰਫੁਨ ਗ੍ਰਹਿ ਕੀ ਨਾਰ, ਤਾਂਤੇ ਪ੍ਰਾਣ ਹੋਤ ਜਬ ਨਿਆਰੇ, ਨਿਆਰੇ ਬਣੇ ਵੱਖਰੇ, ਪ੍ਰਾਣ ਵੱਖਰੇ ਹੁੰਦੇ ਜਦੋਂ ਸਰੀਰ ਚੋਂ, ਤੇ ਟੇਰਤ ਪ੍ਰੇਤ ਪਕਾਰ, ਸਾਰੇ ਕਹਿੰਦੇ ਭੂਤਨਾ ਹੈ, ਸਵਾਸ ਹੈਗੇ ਆ ਤੇ ਡੈਡੀ ਜੀ, ਸਵਾਸ ਮੁੱਕੇ ਤੇ ਪ੍ਰੇਤ, ਆਖ ਵਾਹਿਗੁਰੂ। ਡੈਡ ਕੇ ਬੋਲੋ, ਮੇਰੇ ਪਿੰਡ ਇੱਕ ਬਹੁਤ ਵੱਡਾ ਸੇਠ ਮਰਿਆ, ਅਤੇ ਮੈਨੂੰ ਪਿੰਡ ਦੇ ਗ੍ਰੰਥੀ ਨੇ ਕਿਹਾ ਛੋਟੇ ਜਿਹੇ ਨੂੰ ਏਡੇ ਪਟੰਗੀ ਨੂੰ,
ਜਾਂ ਉਹਨਾਂ ਦੇ ਘਰ ਸੋਲਾ ਪੜ ਕੇ ਅਰਦਾਸ ਕਰਾਂ ਵੀ ਉਹਦਾ ਸੰਸਕਾਰ ਸਵੇਰੇ ਆ। ਹੁਣ ਅੰਦਰ ਹਨੇਰਾ ਸੀ, ਜਿਸ ਕਮਰੇ ਦੇ ਵਿੱਚ ਡੈੱਡ ਬੋਡੀ ਪਈ ਸੀ, ਅਤੇ ਮੈਂ ਮਾਤਾ ਜੀ ਨੂੰ ਕਿਹਾ ਵੀ ਮਾਤਾ ਜੀ ਇਹ ਤੁਹਾਡੇ ਪਤੀ ਦੇਵ ਸਰਦਾਰ ਨੇ ਸਾਰਾ ਜੀਵਨ ਨਾਲ ਕੱਟਿਆ, ਅੰਦਰ ਦੀਵਾ ਜਗਾਓ, ਮੈਂ ਇੱਥੇ ਬਾਹਰ ਬੂਹੇ ਅੱਗੇ ਬਹਿ ਕੇ ਬਾਣੀ ਪੜ੍ਹਦਾ ਅਰਦਾਸ ਕਰਦੇ। ਕਹਿੰਦੀ ਨੇ ਮੈਂ ਤਾਂ ਨਹੀਂ ਜਾਣਾ, ਮੈਂ ਨਾ ਉਹਨੂੰ ਭੇਜ ਦੇ। ਕਹਿੰਦੀ ਨਾ ਉਹਨੇ ਵੀ ਨਹੀਂ ਜਾਣਾ, ਪੁੱਤ ਨੂੰ ਭੇਜ ਦੇ। ਆਹ ਸੁਣੋ ਤੇਗ ਵਾਲਿਓ, ਸੁਣੋ ਇਹ ਕੁਝ ਹੁੰਦਾ ਹੈ, ਕੰਨ ਖੋਲ ਕੇ ਸੁਣੋ ਗੁਰਬਾਣੀ, ਇਹ ਕੁਝ ਹੁੰਦਾ ਹੈ। ਨੌਂ ਵੀ ਨਹੀਂ ਭੇਜੀ, ਪੁੱਤ ਵੀ ਨਹੀਂ ਭੇਜਿਆ, ਪੋਤਰਾ ਨਹੀਂ ਭੇਜਿਆ। ਮੈਂ ਕਿਹਾ ਫੇਰ? ਕਹਿੰਦੀ ਤੁਸੀਂ ਚਲ ਜਾਓ। ਕੀ ਅੰਦਰ? ਕਹਿੰਦੀ ਹੁਣ ਉਹਦੇ ਨਾਲ ਦਾ ਡੈਡੀ ਥੋੜ੍ਹਾ ਉੱਥੇ ਪ੍ਰੇਤ ਆ, ਪਤਾ ਨਹੀਂ ਕਿਸੇ ਨੂੰ ਚੰਬੜ ਜੂਗਾ, ਅਤੇ ਸ਼ਾਹ ਕਹਿੰਦੇ ਸੀ ਉਹਨੂੰ ਪਿੰਡ ਦੇ ਵਿੱਚ। ਆਖੋ ਵਾਹਿਗੁਰੂ ਸ਼ਾਹ ਹੋਣ ਵਾਲਿਆ, ਇੰਨੀ ਕੁ ਗੱਲ ਹੀ, ਤਨ ਤੇ ਪ੍ਰਾਣ ਹੋਤ ਜਬ ਨਿਆਰੇ ਟੇਰਤ ਪ੍ਰੇਤ ਪਕਾਰ। ਸਾਰੇ ਵੇਖਦੇ ਕਿਸ ਤਰ੍ਹਾਂ ਨੇ ਪੁਕਾਰਦੇ, ਕੀ ਭੇਤ ਪ੍ਰੇਤ ਪ੍ਰੇਤ ਆਦ ਘੜੀ ਕੋ ਨੈ ਰੱਖੇ। ਇੱਥੋਂ ਵੀ ਜਿਹਨੇ ਫੋਨ ਕਰਨਾ ਹੈ ਨਾ, ਇਹ ਨਹੀਂ ਕਹਿਣਾ ਡੈਡੀ ਨੂੰ ਕਿੰਨਾ ਕਿਤੇ ਰੱਖੋਗੇ ਘਰ, ਕੀ ਕਹਿਣਗੇ? ਕੱਢਣਾ ਕਿੰਨੇ ਵਜੇ ਜੇ? ਇੱਕੋ ਹੀ ਗੱਲ, ਕੱਢੋ ਕੱਢੋ, ਕੋਈ ਚਾਰ ਸਵੇਰੇ ਇੱਕੋ ਹੀ ਗੱਲ ਹੋਣੀ ਆ। ਫਲਾਣਾ ਕਿੱਥੇ ਆ ਜੀ? ਉਹ ਜੇ ਨਾਲੇ ਲੈਣ ਗਿਆ ਖੱਪਣ। ਫਲਾਣਾ ਕਿੱਥੇ ਆ? ਸਾਰੀ ਕੱਢਣ ਦੀ ਤਿਆਰੀ ਹੋਣੀ। ਆ ਵੇਖ ਲਓ ਸਾਰਾ ਲਿਖਿਆ, ਆਦ ਘਰੀ ਕੋ ਨੈ ਰੱਖੇ ਘਰ ਤੇ ਦੇ ਤਨਕਾਰ। ਅਤੇ ਫਿਰ ਮਹਾਰਾਜ ਖੇਲ ਕੀ ਸੀ? ਆਖੋ ਵਾਹਿਗੁਰੂ ਖੇਲ ਕੀ ਸੀ ਇਹ ਜਿਹਦੇ ਵਿੱਚ ਭੁੱਲਿਆ ਰਿਹਾ? ਮਿਰਗ ਤ੍ਰਿਸ਼ਨਾ ਜਿਉ ਜਗ ਰਚਨਾ। ਮਿਰਗ ਤ੍ਰਿਸ਼ਨਾ ਦਾ ਤਾਂ ਨਹੀਂ ਪਤਾ ਹੋਣਾ ਕੁੜੀਆਂ ਨੂੰ। ਚਲ ਮੰਮੀ ਕੋਲੋਂ ਸਮਝੋ ਜਾ ਕੇ, ਮੈਂ ਸਮਝਾਉਣਾ ਇਹ ਪੰਜਾਬੀ, ਮੈਂ ਕਹਿ ਦੂੰਗਾ ਅੰਗਰੇਜ਼ੀ ਤੁਹਾਨੂੰ ਦੱਸਾਂਗੇ। ਆਖੋ ਵਾਹਿਗੁਰੂ ਇੱਕ ਹਰਨ ਹੁੰਦਾ ਮਿਰਗ ਜਿਹਨੂੰ ਕਹਿੰਦੇ, ਉਹ ਮਾਰੂ ਥਲ ਦੇ ਵਿੱਚ ਜਦੋਂ ਜਾਂਦਾ ਹੈ ਨਾ, ਅਤੇ ਵੇਖਦਾ ਹੈ ਵੀ 10 ਕਦਮ 'ਤੇ ਪਾਣੀ ਆ, ਉਹਨੂੰ ਦਿਸਦਾ ਹੈ। ਆਖੋ ਵਾਹਿਗੁਰੂ ਛਾਲ ਮਾਰ ਕੇ ਵਿਚਾਰਾ ਉੱਥੇ ਪਹੁੰਚਦਾ, ਉਹ ਕਹਿੰਦੇ ਨਹੀਂ 10 ਕਦਮ ਅੱਗੇ ਆ। ਤੁਸੀਂ ਵੀ ਸੁੱਖ ਲੱਭਦੇ ਲੱਭਦੇ ਅਮਰੀਕਾ ਆਏ ਹੋ। ਮਿਰਗ ਤ੍ਰਿਸ਼ਨਾ ਜਿਉਂ ਜਗ ਰਚਨਾ, ਇਹ ਜਗਤ ਦੀ ਸਾਰੀ ਰਚਨਾ ਉਸ, ਉਹ ਕਹਿੰਦਾ ਸੀ ਉੱਥੇ ਪਾਣੀ ਆ ਉੱਥੇ। ਤੁਸੀਂ ਵੀ ਕਹਿੰਦੇ ਸੋ ਇੱਥੋਂ ਡਬਈ ਭੱਜ ਜਾਈਏ ਉੱਥੇ ਸੁੱਖ ਨੇ, ਡਬਈ ਤੋਂ ਜਰਮਨ ਭੱਜ ਜਾਈਏ ਉੱਥੇ ਸੁੱਖ ਨੇ। ਆਖੋ ਵੇ ਇਤਰਾ ਹੀ ਸੀ, ਇਤਰਾ ਹੀ ਸੀ ਵੀ, ਅਤੇ ਡਬਈ ਜਰਮਨ ਆਣ ਕੇ ਆਖਿਆ ਨਹੀਂ ਨਹੀਂ ਅਮਰੀਕਾ ਚੱਲਦੇ ਹਾਂ, ਉੱਥੇ ਕਹਿੰਦੇ ਉਹ ਸਭ ਤੋਂ ਵੱਡਾ ਮੁਲਕ ਆ। ਇਹ ਉਹ ਮਿਰਗ ਦੀ ਤ੍ਰਿਸ਼ਨਾ ਵਾਂਗੂ ਹੀ ਆ ਜਗਤ ਸਾਰਾ। ਮਹਾਰਾਜ ਪਾਤਸ਼ਾਹ ਕਹਿੰਦੇ ਮਿਰਗ ਤ੍ਰਿਸ਼ਨਾ ਜਿਉਂ ਜਗ ਰਚਨਾ ਯੇ ਦੇਖੋ ਹਿਰਦੇ ਵਿਚਾਰ। ਹਿਰਦੇ 'ਚ ਵਿਚਾਰ ਕੇ ਵੇਖੋ ਲੋਕੋ, ਜਿਸ ਤਰ੍ਹਾਂ ਮਿਰਗ ਵਿਚਾਰਾ ਸਾਰਾ ਜੀਵਨ ਭੱਜਦਾ ਹੈ ਅਤੇ ਪਾਣੀ ਕਿਤੇ ਵੀ ਨਹੀਂ ਮਿਲਦਾ। ਆਖੋ ਵਾਹਿਗੁਰੂ ਪਾਣੀ, ਅਤੇ ਤੁਸੀਂ ਅਤੇ ਮੈਂ ਵੀ ਸਾਰਾ ਜੀਵਨ ਭੱਜੇ ਫਿਰੀਏ, ਸ਼ਾਂਤੀ ਕਿਤੇ ਨਹੀਂ ਮਿਲਣੀ, ਸ਼ਾਂਤੀ ਮਿਲਣੀ ਇੱਕ ਜਗ੍ਹਾ 'ਤੇ। ਆਖੋ ਵਾਹਿਗੁਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਇੱਛਾ ਸਭ। ਸ਼ਾਂਤੀ ਤਾਂ ਮਿਲਣੀ ਵਾਹਿਗੁਰੂ ਦੇ ਨਾਮ ਵਿੱਚੋਂ। ਮੇਰੀ ਉਹ ਬੱਚੀਓ ਪੱਲੇ ਬੰਨ ਲਓ, ਮੇਰੇ ਵੀਰੋ ਪੱਲੇ ਬੰਨ ਲਓ। ਜਿਹੜਾ ਕੱਲ੍ਹ ਵਾਲਾ ਦਿਨ ਸੀ ਉਹ ਵੀ ਲੰਘ ਗਿਆ, ਜਿਹੜਾ ਅੱਜ ਵਾਲਾ ਅੱਜ ਆਇਆ ਸੀ ਉਹ ਵੀ ਹੁਣ ਲੰਘ ਗਿਆ, ਬਾਹਰ ਜਾਓ ਕਿਤੇ ਹਨੇਰਾ ਹੋਇਆ। ਆਖੋ ਵਾਹਿਗੁਰੂ ਡੈਡੀ ਬੋਲੋ ਨਾ,
ਬਾਹਰ ਜਾਓਗੇ ਤਾਂ ਕੀ ਹੋਇਆ? ਗਿਆਨ ਚ ਦਾ ਵੀ ਇੱਕ ਬਾਣੀ ਸ਼ਬਦ ਲਿਖਿਆ ਜੇ ਤੁਸੀਂ ਪੜ੍ਹੋ ਤੇ, ਸੂਰਜ ਚੜ੍ਹੇ ਅੱਗੇ ਜੀ ਵਿਯੋਗ, ਜਿਦਨ ਸੂਰਜ ਚੜ੍ਹਿਆ ਨਾ ਉਹ ਖੁਸ਼ ਨਾ ਹੋਇਆ ਘਰ, ਵਿਛੋੜੇ ਪਏ ਨੇ, ਇੱਕ ਦਿਨ ਹੋਰ ਘਟਿਆ। ਅੱਖ ਵਾਹਿਗੁਰੂ, ਪਤਾ ਲੱਗਾ ਸੂਰਜ ਚੜ੍ਹੇ ਵਿਯੋਗ ਸਭਸੇ ਘਟੇ ਆਰਜਾ, ਸਭਸੇ ਅਰਥ ਕੀ ਬਣਿਆ ਸਾਰਿਆਂ ਦੀ, ਇਹ ਨਹੀਂ ਵੀ ਇਕੱਲੇ ਰਣਜੀਤ ਸਿੰਘ ਦੀ ਪਰਮਜੀਤ ਸਿੰਘ ਦੀ, ਸੂਰਜ ਚੜ੍ਹਿਆ ਛੋਟੇ ਤੋਂ ਵੱਡੇ ਦਾ ਇੱਕ ਦਿਨ ਹੋਰ ਘਟ ਗਿਆ। ਬੰਦਿਆ ਸੋਚ, ਇਸ ਤਰ੍ਹਾਂ ਹੀ ਲੰਘਦਾ ਲੰਘਦਾ ਬੀਤ ਜੈ ਹੈ ਬੀਤ ਜੈ ਹੈ ਜਨਮ ਅਕਾਜ ਰੇ, ਨਿਸ ਦਿਨ ਸੁਣ ਕੇ ਪ੍ਰਾਣ, ਨਿਸ ਦਿਨ ਕਥਾ ਸੁਣ ਕੇ ਕੀਰਤਨ ਸੁਣ ਕੇ, ਸਮਝਤ ਨੈ ਰੇ ਅਜਾਣ। ਬੋਲੋ ਸਮਝਤ ਕਿਹਨੂੰ ਕਹਿ ਰਹੇ ਹੋ, ਕਿਹਨੂੰ ਕਹਿ ਰਹੇ ਹੋ? ਸ਼ਬਦ ਸ਼ਬਦ ਆਪਣੇ ਆਪ ਨੂੰ ਕਹੋ, ਨਿਸ ਦਿਨ ਸੁਣ ਕੇ ਪ੍ਰਾਣ, ਆਹ ਜਿਹੜੀ ਗ੍ਰੰਥਾਂ ਦੀ ਕਥਾ ਸੁਣੀ, ਕੀਰਤਨ ਸੁਣਿਆ, ਰਾਤ ਦਿਨ ਸੁਣਿਆ, ਘਰ ਵੀ ਹੁਣ ਤਾਂ ਕਈ ਗੁਰਮੁਖ ਪਿਆਰਿਆਂ ਦੇ ਰਾਤ ਬਾਣੀ ਲੱਗੀ ਰਹਿੰਦੀ ਆ, ਨਿਸ ਦਿਨ ਸੁਣ ਕੇ ਪ੍ਰਾਣ, ਸਮਝਤ ਨਹਿ ਰੇ ਅਜਾਣ। ਆਹ ਹੁਣ ਮੈਂ ਫਰੀਮੋਟ ਰਹਿ ਕੇ ਆਇਆ ਕਿਸੇ ਦੇ ਘਰ, ਅੱਖ ਵਾਹਿਗੁਰੂ, ਉਹਨਾਂ ਦੇ ਘਰ ਨਾ 24 ਘੰਟੇ ਸੁਖਮਨੀ ਸਾਹਿਬ ਚੱਲਦਾ ਸੀ। ਮੈਂ ਉਹਨੂੰ ਪੁੱਛਿਆ ਬੀਬੀ ਨੂੰ, ਮੈਂ ਕਿਹਾ ਪੁੱਤੇ 24 ਘੰਟੇ ਚੱਲਦਾ ਰਹਿੰਦਾ? ਕਹਿੰਦੀ ਹਾਂ। ਮੈਂ ਕਿਹਾ ਸੁਣਦਾ ਕੌਣ? ਤੁਸੀਂ ਬੋਲੋ ਅਤੇ ਤੁਹਾਡੀ ਔਲਾਦ ਤੁਹਾਨੂੰ ਸੁਣੇ ਹੀ ਨਾ। ਗੁਰਬਾਣੀ ਕਹੇ, ਗੁਰਬਾਣੀ ਕੋਈ ਪੜ੍ਹੇ ਅਤੇ ਕੋਈ ਸੁਣੇ ਹੀ ਨਾ, ਅਤੇ ਫਿਰ ਉਹਦੀ ਸਤਿਕਾਰ ਕੀ ਹੋਏ? ਇਹ ਸਾਡੇ ਅੰਦਰ ਕਿਉਂ ਵਹਿਮ ਪਾਤਾ ਵੀ ਘਰ ਵਿੱਚ ਪਾਠ ਚੱਲਦਾ ਰਹੂਗਾ, ਪਵਿੱਤਰ ਕੰਧਾਂ ਨੇ ਨਹੀਂ ਹੋਣਾ, ਉੱਥੇ ਇਹ ਨਹੀਂ ਲਿਖਿਆ ਵੀ ਜਿਹੜਾ ਬਾਣੀ ਸੁਣਦਾ ਕੰਧਾਂ ਪਵਿੱਤਰ ਹੋ ਜਾਂਦੀਆਂ? ਆਖੋ ਵਾਹਿਗੁਰੂ, ਇਹੋ ਜਿਹੇ ਕੋਈ ਬਣਾ ਸਕਦਾ ਵੀ ਕੰਧਾਂ 'ਚੋਂ ਅੰਮ੍ਰਿਤ ਚੋਣ ਲੱਗ ਪਿਆ? ਮਗਰ ਸੱਚ ਇਹ ਆ ਵੀ ਬਾਣੀ ਤੇਰੇ ਸਰੀਰ ਨੂੰ ਪਵਿੱਤਰ ਕਰਨਾ ਹੈ, ਤੇਰੀ ਸੁਰਤ ਨੂੰ ਪਵਿੱਤਰ ਕਰਨਾ ਹੈ। ਬਾਣੀ ਦਾ ਸਤਿਕਾਰ ਕਰਨ ਵਾਲੇ ਜਦੋਂ ਬਾਣੀ ਲਾਉਣਾ ਹੈ, ਚੌਂਕੜਾ ਮਾਰ ਕੇ ਇੱਕ ਮਨ ਇੱਕ ਚਿੱਤ ਹੋ ਕੇ ਸਤਿਕਾਰ ਹੈ, ਬਾਣੀ ਨੂੰ ਧਿਆਨ ਨਾਲ ਸੁਣ, ਕਦੀ ਇਹ ਸ਼ਬਦ ਸੁਣ, ਇਹ ਸਰੀਰ ਆ ਮੇਰੇ ਆ। ਬੋਲੋ, ਇਸ ਜਗ ਮੈਂ ਅੱਗੇ ਪੁੱਛੋ, ਹਾਂ ਇਹਨੂੰ ਇਹਨੂੰ ਪੁੱਛੋ, ਇਹਨੂੰ ਪੁੱਛੋ, ਇਹਦੇ ਨਾਲ ਗੱਲਾਂ ਕਰੋ ਵੀ ਕੀ ਕੀਤਾ ਸੀ ਵੀ ਜਦੋਂ ਦਾ ਆਇਆ ਹੈ। ਕਹਿੰਦੇ ਮੈਂ ਇੰਗਲਿਸ਼ ਬੋਲਣੀ ਸਿੱਖ ਲਈ, ਹੱਥ ਹੋਇਆ ਗੁਰੂ, ਮੈਂ ਸਿੱਖੀ ਜਾਂਦਾ ਪਾਸ ਕਰ ਲਿਆ, ਆ ਹੀ ਤੇਰੇ ਕੋਲ ਟੁੱਟ ਗਏ ਨੇ, ਮੈਂ ਇੱਕ ਗੱਡੀ ਬਣਾ ਲਈ, ਮੈਂ 2 ਗੱਡੀਆਂ, ਇਹ ਟੁੱਟ ਗਏ ਨੇ ਤੇਰੇ ਕੋਲ। ਉੱਥੇ ਕਹਿੰਦੇ ਇਹ ਤਾਂ ਸਭ ਕੁਛ ਤੂੰ ਕਰ ਲਿਆ, ਮਗਰ ਆਹ ਗੱਲ ਦੱਸ, ਜਿਨ ਹਰ ਤੇਰਾ ਰਚਨ ਰਚਿਆ, ਜਿਹਨੇ ਤੇਰਾ ਰਚਨ ਰਚਾਈ ਆ, ਜਿਹਨੇ ਤੈਨੂੰ ਬਣਾਇਆ ਹੈ, ਭੁੱਲ ਗਿਆ ਨਾ ਉਹ ਗੱਲ? ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ। ਸਰੀਰ ਪ੍ਰਵਾਨ ਹੁੰਦਾ ਬਾਣੀ ਨਾ, ਜਿਹੜੇ ਸਤਿਗੁਰ ਸਿਓ ਚਿੱਤ ਲੈ। ਇਹ ਆਉਂਦਿਆਂ ਜਾਂਦਿਆਂ ਉਹ ਬੱਚੀ ਮੈਨੂੰ ਕਿ ਆਉਂਦਿਆਂ ਜਾਂਦਿਆਂ ਕੋਈ ਨਾ ਕੋਈ ਗੱਲ ਕੰਨ ਪੰਨ ਕਰਨਾ 'ਚ ਪੈਂਦੀ, ਮੈਂ ਕਿਹਾ ਦੱਸ ਕੋਈ ਪਈ ਇਹਦੇ ਨਹੀਂ ਪਤਾ ਲੱਗ, ਕੋਈ ਸੁਖਮਨੀ ਸਾਹਿਬ ਦੀ ਗੱਲ ਦੱਸ, ਰੋਜ਼ ਸਵੇਰੇ ਘਰ ਤੇ ਅੰਦਰ ਤੇ ਆਉਂਦੇ ਜਾਂਦੇ ਹੀ ਹੋ ਨਾ, ਜਿਹੜੀ ਕੰਨੀ ਪਈ ਆ ਉਹ ਦੱਸੋ। ਗੁਰੂ ਕੇ ਸਿੱਖੋ, ਇਸ ਤਰ੍ਹਾਂ ਦੇ ਟੋਟ ਕੇ ਨਾ ਬਣਾਓ, ਗੁਰਬਾਣੀ ਰੱਬ ਆ। ਆਖੋ ਵਾਹਿਗੁਰੂ, ਹੁਣ ਰੱਬ ਬੋਲੇ ਤੇ ਬੱਚਾ ਆਵੇ ਤੇ ਸੁਣੇ ਹੀ ਨਾ।
ਬਾਣੀ ਸੁਣ ਤੇ ਮੇਰਾ ਮਨ ਦਰਵਿਆ, ਇਹਤੇ ਪਿਘਲ ਜਾਣਾ ਚਾਹੀਦਾ, ਮਨ ਭੀਨਾ ਭਿੱਜ ਕੇ ਨਿੱਜ ਘਰ ਆਵੇਗੋ, ਨਿੱਜ ਘਰ ਵਿੱਚ ਆ ਜਾਣਾ ਚਾਹੀਦਾ ਬਾਣੀ ਪੜ੍ਹ ਕੇ। ਮਹਾਰਾਜ ਪਾਤਸ਼ਾਹ ਪਿਛਲੀ ਤੋਂ ਵਿੱਚ ਕਹਿੰਦੇ ਇਹ ਮਿਰਗ ਤ੍ਰਿਸ਼ਨਾ ਜੋ ਜਾਗ ਰਚਨਾ, ਦੇਖੋ ਜੇ ਵਿਚਾਰ ਅੰਦਰ ਵਿਚਾਰ ਕਰਕੇ ਵੇਖ। ਫਿਰ ਆਖਿਆ ਕੀ ਕਰਾਂ ਜੀ ਮਹਾਰਾਜ ਦੱਸੋ ਮੈਨੂੰ, ਨਾਵੇਂ ਪਾਤਸ਼ਾਹ ਦੱਸੋ, ਕਹੋ ਨਾਨਕ ਭਜ ਰਾਮ ਨਾਮ ਨਿਤ, ਵਾਹਿਗੁਰੂ 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 ਸ੍ਰੀ ਮਹਾਰਾਜ ਨੇਤਾ ਪ੍ਰਤੀ ਰਾਮ ਨਾਮ ਜਪੂੰਗਾ ਤੇ ਹੋਊ ਕੀ? ਆ ਵੇਖੋ ਜਵਾਬ ਕਿੱਡਾ ਸੋਹਣਾ ਹੈ, ਜਾਤੇ ਹੋਤ ਉਧਾਰ, ਜਾਤੇ ਨੇਤਾ ਪ੍ਰਤੀ ਰੱਬ ਰੱਬ ਜਪਿਆ ਕਰ ਜਿਹਦੇ ਨਾਲ ਤੇਰਾ ਭਲਾ ਹੋਵੇ, ਇਹਦਾ ਅਰਥ ਇਹ ਆ। ਇਹ ਨਾਵੇਂ ਪਾਤਸ਼ਾਹ ਦਾ ਅੱਜ ਦਾ ਵਚਨ ਆ। ਕੱਲ੍ਹ ਦਾ ਵਚਨ ਜਿਹੜਾ ਮੇਰੇ ਸਾਹਿਬ ਦਾ ਰਾਗ ਦੇਵ ਭੰਡਾਰੀ ਦਾ ਹੈ, ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ ਦੇਖੀ ਪ੍ਰੀਤ। ਜਿੰਨੀ ਬਾਣੀ ਨਾਵੇਂ ਪਾਤਸ਼ਾਹ ਦੀ ਸੁਣੋਗੇ ਸਭ ਵੈਰਾਗ ਦੀ ਭਰੀ ਅਤੇ ਮਨੁੱਖਾਂ ਨੂੰ ਮਨ ਨੂੰ ਸਮਝਾਉਣ ਵਾਲੀ ਬਾਣੀ ਆ। ਜੇ ਇੰਨੇ ਸੌਖੇ ਸ਼ਬਦ ਪੜ੍ਹ ਸੁਣ ਕੇ ਵੀ ਜੀਵ ਨੂੰ ਪਤਾ ਨਾ ਲੱਗਾ ਤਾਂ ਫਿਰ ਇਹਦੀ ਕਿਸਮਤ ਹੀ ਵਿਚਾਰੇ ਦੀ ਮਾੜੀ ਆ। ਮੇਰਾ ਸਤਿਗੁਰੂ ਬਦਲਦਾ ਹੈ ਕਿਸਮਤ ਜਦੋਂ ਕੋਈ ਧਿਆਨ ਲਾ ਕੇ ਬਾਣੀ ਸੁਣਦਾ ਹੈ। ਤੁਸੀਂ ਨੇਮ ਨਾ ਇਹਨੂੰ ਬਣਾਓ, ਇਹਨੂੰ ਪ੍ਰੇਮ ਨਾਲ ਪੜ੍ਹੋ। ਨੇਮ ਨਾਲ 11 ਵਾਰ, ਪ੍ਰੇਮ ਨਾਲ 1 ਵਾਰ। ਇੱਕ ਚਿੱਤ ਜੇ ਇੱਕ ਛਿੰਨ ਧਿਆਇਓ, ਉਹ ਕਾਲ ਫਾਸ ਕੇ ਬੀਜ। ਇੱਕ ਚਿੱਤ ਜੇ ਇੱਕ ਛਿੰਨ, ਅੱਖ ਦੇ ਫਿਰਕੇ ਜੇ ਨਾ ਸਮਾਂ, ਪ੍ਰੇਮ ਨਾਲ ਜਪੋ, ਕਾਲ ਦੀ ਫਾਸੀ ਕੱਟੀ ਜਾਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।